ਨਮਸਕਾਰ ਸਤ ਸ੍ਰੀ ਅਕਾਲ ਬ੍ਰੈਕਫਾਸਟ ਨਿਊਜ਼ 'ਚ ਤੁਹਾਡਾ ਸਾਰਿਆਂ ਦਾ ਅੱਜ ਸਵਾਗਤ ਹੈ ਅਸੀਂ ਯੂਰਪ ਅਤੇ ਅਮਰੀਕਾ ਦੇ ਦਰਸ਼ਕਾਂ ਦਾ ਵੀ ਨਾਲ ਹੀ ਸਵਾਗਤ ਕਰਦੇ ਹਾਂ ਦੋਸਤੋ ਅਸੀਂ ਬਹੁਤ ਸਾਰੇ ਸਿਆਣੇ ਬੰਦਿਆਂ ਕੋਲੋਂ ਸੁਣਦੇ ਹਾਂ ਕਿ ਸਾਡੀ ਸਿਹਤ ਅਤੇ ਸਰੀਰ ਸਾਡੇ ਲਈ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ ਅਸੀਂ ਇਸ ਨੂੰ ਸੰਭਾਲਣ 'ਚ ਕਈ ਵਾਰ ਢੋਲ ਕਰ ਜਾਂਦੇ ਹਾਂ ਅਤੇ ਕਈ ਵਾਰ ਸਾਡੇ ਕੋਲ ਪਰਿਵਾਰਕ ਅਤੇ ਦੁਨਿਆਵੀ ਰੁਚੀਆਂ ਕਾਰਨ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਸਰੀਰ ਅਤੇ ਸਿਹਤ ਵੱਲ ਧਿਆਨ ਦੇ ਸਕੀਏ ਸਾਡੀ ਖੁਰਾਕ ਵੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਜੇ ਕਿਹਾ ਜਾਵੇ ਕਿ ਅੱਜ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ ਇਹਨਾਂ 'ਚ ਖ ਐਸ ਵੀ ਸੇ ਤੇ ਅੱਜ ਸਾਡੇ ਨਾਲ ਗੱਲ ਕਰਨਗੇ ਸਮਾਜ ਸੇਵੀ ਨੌਜਵਾਨ ਨਵਜੋਤ ਸਿੰਘ ਪਠੱਲ ਜਿਹੜੇ ਹਰ ਆਮ ਖਾਸ ਨੂੰ ਉਸ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਨੇ ਸਾਡੀ ਸਿਹਤ ਸਰੀਰ ਅਤੇ ਹੋਰ ਨਾਲ ਜਿਹੜੀਆਂ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਸਾਡੀਆਂ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ ਉਸ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਸਟੂਡੀਓ ਚ ਨਵਜੋਤ ਸਿੰਘ ਪਠੱਲ ਨਾਮ ਦਾ ਇੱਕ ਅਜਿਹਾ ਨੌਜਵਾਨ ਆਇਆ ਜਿਹੜਾ ਹਰ ਤਰ੍ਹਾਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦਾ ਭਾਵੇਂ ਉਹਨਾਂ ਦੀ ਖੁਰਾਕ ਹੋਵੇ ਜਾਂ ਦਵਾਈਆਂ ਨਾਲ ਸੰਬੰਧਿਤ ਕੋਈ ਵਿਸ਼ਾ ਮਨੁੱਖੀ ਸਰੀਰ ਨਾਲ ਸਿੱਧੇ ਤਰ੍ਹਾਂ ਜੁੜਿਆ ਹੋਵੇ ਪਠਾਨ ਸਰ ਤੁਹਾਡਾ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ। ਸਭ ਤੋਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਅੱਜ ਅਸੀਂ ਫਰਸਟ ਸਾਡੀ ਹੈਡਲਾਈਨ ਸੀ ਉਸੇ ਤੇ ਗੱਲ ਕਰਦੇ ਹਾਂ। ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਕਿ ਜਿਹੜੀਆਂ ਮਹਿੰਗੇ ਭਾਤੇ ਦਵਾਈਆਂ ਵਿਕਦੀਆਂ ਨੇ ਕੈਂਸਰ ਰੋਕੂ ਦਵਾਈਆਂ ਨੇ ਜਾਂ ਹੋਰ ਜੀਵਨ ਰੱਖੇਕ ਦਵਾਈਆਂ ਨੇ। ਹਾਲਾਂਕਿ ਪੰਜਾਬ ਸਰਕਾਰ ਦੇ ਜਿਹੜੇ ਰਾਹ ਨੂਮਾਨ ਨੇ ਡਿਪਟੀ ਸੀਐਮ ਨੇ ਉਹਨਾਂ ਨੇ ਪਹਿਲਾਂ ਹੀ ਇਹ ਐਲਾਨ ਕੀਤਾ ਹੋਇਆ ਜਾਂ ਸਾਡੇ ਸਿਹਤ ਮੰਤਰੀ ਨੇ ਕਿ ਜੀਵਨ ਰੱਖੇਕ ਦਵਾਈਆਂ ਨੇ ਜਾਂ ਕੈਂਸਰ ਰੋਕੂ ਦਵਾਈਆਂ ਨੇ ਉਹ ਪੰਜਾਬ ਦੇ ਵਿੱਚ ਸਸਤੀਆਂ ਮਿਲਣਗੀਆਂ ਲੋਕਾਂ ਨੂੰ। ਪਰ ਇਹ ਆਪਾਂ ਦੇਖ ਰਹੇ ਹਾਂ ਕਿ ਵੈਸੇ ਤਾਂ ਇਹ ਖਤਰਨਾਕ ਬਿਮਾਰੀਆਂ ਨੇ ਇਹਨਾਂ ਦੇ ਨਾਲ ਲੜਨ ਲਈ ਲੋਕਾਂ ਨੂੰ ਹੋਰ ਸੁੱਖ ਸਹੂਲਤਾਂ ਦਾ ਜਿੱਥੇ ਐਲਾਨ ਕੀਤਾ ਸਰਕਾਰ ਨੇ ਉੱਥੇ ਦਵਾਈਆਂ ਕਾਫੀ ਮਹਿੰਗੀਆਂ ਵਿਕ ਰਹੀਆਂ ਨੇ ਪੰਜਾਬ ਦੇ ਵਿੱਚ ਹਾਂ ਮੈਂ ਅਸੀਂ ਵੀ ਇਸ ਚੀਜ਼ ਨੂੰ ਗੌਰ ਕਰਦੇ ਹਾਂ ਕੁਝ ਜਦੋਂ ਮੈਂ ਸਮਾਜ ਦੇ ਵਿੱਚ ਵਿਚਰਦਾ ਕਈ ਵਾਰ ਕੁਝ ਐਸੇ ਲੋਕਾਂ ਨਾਲ ਸਾਡਾ ਵਾਪੈਂਦਾ ਜਿਹੜੇ ਆਲਰੇਡੀ ਇਸ ਬਿਜ਼ਨਸ ਨਾਲ ਮੈਂ ਬਿਜ਼ਨਸ ਹੀ ਬੋਲਾਂਗਾ ਜੁੜੇ ਹੋਏ ਨੇ ਮੈਡੀਕਲ ਪ੍ਰੋਫੈਸ਼ਨਲ ਜੁੜੇ ਹੋਏ ਨੇ ਉਤੇ ਦੇਖਿਆ ਜਾਂਦਾ ਹੈ ਕਿ ਕੁਝ ਐਸੀਆਂ ਦਵਾਈਆਂ ਨੇ ਇਹ ਤਾਂ ਜਿਸ ਤਰ੍ਹਾਂ ਤੁਸੀਂ ਕੈਂਸਰ ਬਾਰੇ ਕਿਹਾ ਹੈ ਤਾਂ ਬਹੁਤ ਗੰਭੀਰ ਮੁੱਦਾ ਹੈ ਇੱਕ ਆਮ ਬਿਮਾਰੀਆਂ ਦੀ ਵੀ ਅਸੀਂ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਦਵਾਈਆਂ ਨੇ ਇੱਕ ਦਵਾਈ 10 ਪੈਸੇ 'ਚ ਵੀ ਅਵੇਲੇਬਲ ਹੈ ਤੇ ਉਸੇ ਸਾਲਟ ਦੀ ਇੱਕ ਹੋਰ ਮਹਿੰਗੀ ਦਵਾਈ 10 ਰੁਪਏ 'ਚ ਵੀ ਮਿਲਦੀ ਹੈ ਹੂੰ ਤੇ ਜ਼ਿਆਦਾਤਰ ਲੋਕਾਂ ਦੇ ਜਿਹੜੇ ਲੋਕ ਇਸ ਪ੍ਰੋਫੈਸ਼ਨਲ ਜੁੜੇ ਹੋਏ ਨੇ ਉਹਨਾਂ ਦੇ ਦਿਮਾਗ 'ਚ ਕਦੇ ਨਹੀਂ ਆਉਂਦਾ ਵੀ ਕਿ ਇੱਕ ਜਿਹੜਾ ਬਿਮਾਰ ਬੰਦਾ ਹੈ ਉਸ ਦੀ ਅਸੀਂ ਸੇਵਾ ਕਰਨੀ ਹੈ ਉਸ ਨੂੰ ਅਸੀਂ ਇਸ ਬਿਮਾਰੀ ਤੋਂ ਜਾਂ ਇਸ ਪ੍ਰੋਬਲਮ ਤੋਂ ਬਾਹਰ ਕੱਢਣਾ ਹੈ ਉਹ ਇਹ ਨਾ ਕਰਦੇ ਹੋਏ ਆਪਦਾ ਕੁਝ ਜੇਬਾਂ ਨੂੰ ਗਰਮ ਕਰਨ ਦੇ ਚੱਕਰ 'ਚ ਉਸੀ ਦਵਾਈਆਂ ਜਿਹੜੀਆਂ ਕਿ ਸਸਤੇ ਭਾਅ ਤੇ ਮਿਲ ਸਕਦੀਆਂ ਨੇ ਬੜੇ ਆਰਾਮ ਨਾਲ ਮਿਲ ਸਕਦੀਆਂ ਨੇ ਉਹਨਾਂ ਨੂੰ ਮਹਿੰਗੇ ਭਾਅ ਦੇ ਉੱਤੇ ਵੇਚਿਆ ਜਾਂਦਾ ਖਾਸ ਕਰਕੇ ਜਿਸਾ ਤੁਸੀਂ ਕੈਂਸਰ ਵਾਲੀ ਗੱਲ ਕਹੀ ਜਿਹੜਾ ਬੰਦਾ ਇੱਕ ਕੈਂਸਰ ਨਾਲ ਪੀੜਿਤ ਹੋ ਗਿਆ ਹੂੰ ਹੂੰ ਉਸ ਨੂੰ ਤਾਂ ਤੁਸੀਂ ਜੋ ਵੀ ਦਿਓਗੇ ਉਹੀ ਚੀਜ਼ ਐਕਸੈਪਟ ਕਰ ਲੈਂਦਾ ਨਵਜੋਤ ਆਪਾਂ ਬਿਮਾਰੀਆਂ ਦੀ ਗੱਲ ਕਰਦੇ ਆਂ ਬਿਮਾਰੀਆਂ ਦੇ ਇਲਾਜ ਦੀ ਗੱਲ ਕਰਦੇ ਆਂ ਵੱਡੇ ਵੱਡੇ ਹਸਪਤਾਲ ਖੋਲਣ ਦੀ ਅਸੀਂ ਮੰਗ ਕਰਦੇ ਆਂ ਸਰਕਾਰ ਕੋਲੋਂ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਂ ਬਾਰਲੇ ਲੋਕਾਂ ਨੂੰ ਅਸੀਂ ਕਹਿੰਦੇ ਆਪੀਲ ਕਰਦੇ ਆ ਕਿ ਸਾਡੇ ਇੱਥੇ ਆ ਕੇ ਤੁਸੀਂ ਹਸਪਤਾਲ ਖੋਲੋ ਜਾਂ ਹੋਰ ਐਦਾਂ ਕੀ ਐਦਾਂ ਦੀ ਕਿਤੇ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਉਹ ਬਿਮਾਰੀਆਂ ਹੋਣ ਹੀ ਨਾ ਉਹਨਾਂ ਨੂੰ ਸ਼ੁਰੂਆਤੀ ਜਿਹੜਾ ਦੌਰ ਹੁੰਦਾ ਉਸੇ ਤੇ ਉਹਨਾਂ ਨੂੰ ਉਸੇ ਤੇ ਕੀਤਾ ਪਿਆ ਜਾਵੇ ਮੈਂ ਜਿਵੇਂ ਉਹ ਬਿਜ਼ਨਸ ਦੀ ਜ਼ਿਕਰ ਕਰ ਰਿਹਾ ਸੀ ਬਹੁਤ ਸਾਰੇ ਲੋਕਾਂ ਦਾ ਇਹ ਬਿਜ਼ਨਸ ਖਰਾਬ ਹੋ ਜਾਏਗਾ ਨਾ ਜੇ ਆਪਾਂ ਬਿਮਾਰੀਆਂ ਨੂੰ ਠੀਕ ਕਰ ਲਵਾਂਗੇ ਤੁਸੀਂ 30 ਸਾਲ ਜੇ ਪਿੱਛੇ ਚਲੇ ਜਾਓ ਜਾਂ 35 40 ਸਾਲ ਪਿੱਛੇ ਚਲੇ ਜਾਓ ਕਿੰਨੇ ਕ ਹਸਪਤਾਲ ਹੁੰਦੇ ਸੀ ਕਿੰਨੇ ਕ ਡਾਕਟਰ ਹੁੰਦੇ ਸੀ ਕਿੰਨੀਆਂ ਕ ਕੈਮਿਸਟਰੀ ਦੀਆਂ ਦੁਕਾਨਾਂ ਹੁੰਦੀਆਂ ਸੀ ਇੱਕ ਤੁਸੀਂ ਡਾਕਟਰ ਕੋਲ ਜਾਂਦੇ ਸੀ ਉਹਦੇ ਟੇਬਲ ਦੇ ਉੱਤੇ ਚਾਰ ਪੰਜ ਡੱਬੇ ਪਏ ਹੁੰਦੇ ਸੀ ਉਸੇ ਚੋਂ ਕੁਝ ਗੋਲੀਆਂ ਦੇ ਦਿੰਦਾ ਸੀ ਤੁਸੀਂ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਗੋਲੀਆਂ ਖਾ ਕੇ ਉਸ ਪ੍ਰੋਬਲਮ ਚੋਂ ਬਾਹਰ ਨਿਕਲ ਆਉਂਦੇ ਸੀ 30 ਸਾਲ ਗੁਜ਼ਰ ਜਾਣ ਤੋਂ ਬਾਅਦ ਇੰਨੀ ਆਧੁਨਿਕ ਤਰੱਕੀ ਹੋਣ ਦੇ ਬਾਵਜੂਦ ਇਸ ਵੇਲੇ ਜੇ ਤਾਂ ਕੈਮਿਸਟਰੀ ਦੀਆਂ ਦੁਕਾਨਾਂ ਘਟੀਆਂ ਹੁਣ ਤਾਂ ਦੱਸ ਦਿਓ ਜੇ ਹਸਪਤਾਲ ਘਟ ਰਹੇ ਹੁਣ ਤਾਂ ਦੱਸ ਦਿਓ ਜੇ ਬਿਮਾਰੀਆਂ ਘਟ ਰਹੀਆਂ ਹੁਣ ਤਾਂ ਦੱਸ ਦਿਓ ਮੈਨੂੰ ਇਹ ਲੱਗਦਾ ਕਿ ਜਿਸ ਜਗ ਉਸ ਜਗ੍ਹਾ ਦੇ ਉੱਤੇ ਕੰਮ ਨਹੀਂ ਹੋਣਾ ਚਾਹੀਦਾ ਸਾਨੂੰ ਬਿਮਾਰੀਆਂ ਰੋਕਣ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਬਹੁਤ ਜਿਹੜੇ ਚੰਗੇ ਡਾਕਟਰ ਨੇ ਉਹਨਾਂ ਦੇ ਜੇ ਤੁਸੀਂ ਕੈਬਨ ਚ ਜਾਓ ਉਹਨਾਂ ਦੇ ਕਲੀਨਿਕ ਚ ਜਾਓ ਤੁਹਾਨੂੰ ਲਿਖਿਆ ਹੋਇਆ ਮਿਲੇਗਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਹੂੰ ਬਿਲਕੁਲ ਲੇਕਿਨ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੈ ਅਗਲੀਆਂ ਦੋ ਲਾਈਨਾਂ ਪ੍ਰੀਵੈਂਸ਼ਨ ਇਜ਼ ਸੇਫਰ ਦੈਨ ਕਿਉਰ ਐਂਡ ਪ੍ਰੀਵੈਂਸ਼ਨ ਇਜ਼ ਚੀਪਰ ਦੈਨ ਕਿਉਰ ਹਾਂ ਬਿਮਾਰੀ ਦਾ ਇਲਾਜ ਕਰਨਾ ਸਸਤਾ ਜਾਂ ਬਿਮਾਰੀ ਨੂੰ ਰੋਕਣਾ ਸਸਤਾ ਹੈ ਬਿਮਾਰੀ ਨੂੰ ਰੋਕਣਾ ਸਸਤਾ ਹੈ ਬਿਮਾਰੀ ਨੂੰ ਰੋਕਣਾ ਸਸਤਾ ਕੀ ਮੈਂ ਤਾਂ ਕਹਿ ਦਿੰ ਕਿ ਮੁਫਤ ਵੀ ਹੋ ਸਕਦਾ ਹੈ ਜੇ ਇੱਕ ਬੰਦਾ ਆਪਦੀ ਸਿਹਤ ਪ੍ਰਤੀ ਸੁਚੇਤ ਹੋਵੇ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਾਮ ਬੰਦੇ ਨੂੰ ਪਹਿਲਾਂ ਇਹ ਦੱਸਿਆ ਜਾਏ ਕਿਉਂਕਿ ਇਹ ਕਾਮ ਬੰਦੇ ਨੂੰ ਵਿਚਾਰੇ ਨੂੰ ਅੱਜਕੱਲ ਇਹ ਹੀ ਨਹੀਂ ਪਤਾ ਕਿ ਉਸ ਨੂੰ ਜ਼ਿੰਦਗੀ 'ਚ ਚਾਹੀਦਾ ਕੀ ਹੈ ਜੇ ਹੁਣ ਤੁਸੀਂ ਆਪਦੇ ਸਟੂਡੀਓ ਤੋਂ ਬਾਹਰ ਨਿਕਲ ਕੇ ਦੇਖੋ ਤਾਂ ਇਹ ਕਾਮ ਬੰਦਾ ਜਿਹੜਾ ਜਾ ਰਿਹਾ ਜੇ ਤੁਸੀਂ 100 ਬੰਦਿਆਂ ਨੂੰ ਇਹ ਸਵਾਲ ਪੁੱਛੋ ਕਿ ਭਾਈ ਸਾਹਿਬ ਅੱਜ ਤੁਸੀਂ ਕੀ ਕਰਨ ਜਾ ਰਹੇ ਹੋ ਉਸ ਰੋਜ਼ ਦੀ ਨੌਕਰੀ ਤੋਂ ਜਾਂ ਆਪਦੇ ਪੇਸ਼ੇ ਤੋਂ ਜਾਂ ਸ਼ਾਮ ਨੂੰ ਜਿਹੜੇ ਉਸਨੇ ਪੈਸੇ ਕਮਾ ਕੇ ਘਰੇ ਲੈ ਕੇ ਜਾਣੇ ਨੇ ਰੋਟੀ ਟੁਕ ਲਈ ਉਸ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਪਤਾ ਜ਼ਿੰਦਗੀ ਚੋਂ ਕੀ ਕਰ ਜਾ ਰਿਹਾ। ਕੱਲ ਉਸਨੇ ਕੀ ਕਰਨਾ ਉਸ ਨੂੰ ਬਿਲਕੁਲ ਨਹੀਂ ਪਤਾ। ਤੇ ਜਦੋਂ ਕਿਸੇ ਐਸੇ ਝਮੇਲੇ ਚ ਫਸ ਜਾਂਦਾ ਫਿਰ ਉਸ ਨੂੰ ਇਹੀ ਲੱਗਦਾ ਕਿ ਮੈਂ ਕਿਤੋਂ ਪੈਸੇ ਲਿਆਵਾਂ ਤੇ ਮੈਂ ਆਪਦੀ ਬਿਮਾਰੀ ਦਾ ਇਲਾਜ ਕਰ ਲਾਂ। ਜੇ ਕਿਸੇ ਬਿਮਾਰੀ ਦਾ ਇਲਾਜ ਹੋ ਰਿਹਾ ਹੋਵੇ। ਸੁਰਿੰਦਰ ਜੀ ਤੁਸੀਂ ਤਾਂ ਮੀਡੀਆ ਨਾਲ ਜੁੜੇ ਹੋਏ ਹੋ। ਮੈਨੂੰ ਤੁਸੀਂ ਖੋਜ ਕਰਕੇ ਦੱਸਣਾ ਕਿ ਪਿਛਲੇ 10 ਸਾਲਾਂ ਚ ਕਿਹੜੀ ਐਸੀ ਬਿਮਾਰੀ ਆ ਜਿਹੜੀ ਬਾਜ਼ਾਰ ਦੇ ਵਿੱਚ ਘਟ ਗਈ ਹੋਵੇ। ਜਿਸ ਦਾ ਕੋਈ ਇੱਕ ਬਿਮਾਰੀ ਤੁਸੀਂ ਦੱਸ ਦਿਓ ਸਾਡੇ ਨਾਲ ਬਹੁਤ ਸਾਰੇ ਲੋਕ ਮੈਡੀਕਲ ਪ੍ਰੋਫੈਸ਼ਨ ਵਾਲੇ ਵੀ ਜੁੜੇ ਨੇ ਜਿਹੜੇ ਲੋਕਾਂ ਨੂੰ ਇਹ ਸਲਾਹ ਦਿੰਦੇ ਨੇ ਕਿ ਅਸੀਂ ਬਿਮਾਰੀਆਂ ਤੋਂ ਬਚਿਆ ਜਾਏ ਉਹ ਲੋਕ ਸਾਨੂੰ ਦੱਸਦੇ ਨੇ ਕਿ ਜੇ ਪਿਛਲੇ 10-15 ਸਾਲਾਂ 'ਚ ਕਿਸੇ ਬਿਮਾਰੀ ਨੂੰ ਘਟਿਆ ਹੋਵੇ ਫਿਰ ਤਾਂ ਅਸੀਂ ਮੈਡੀਕਲ ਪ੍ਰੋਫੈਸ਼ਨ ਦੀ ਪਿੱਠ ਪੁੱਟਵਾ ਸਕਦੇ ਹਾਂ ਤੁਹਾਡੇ ਮੁਤਾਬਕ ਇਹ ਬਿਮਾਰੀਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਕਿਉਂਕਿ ਮੈਂ ਕਈ ਥਾਵਾਂ ਤੇ ਤੁਹਾਨੂੰ ਦੇਖਿਆ ਕਿ ਜਦੋਂ 2-4 ਬੰਦੇ ਵੀ ਤੁਹਾਨੂੰ ਮਿਲ ਜਾਣ ਇੱਕ ਬੰਦਾ ਵੀ ਮਿਲ ਜਾਏ ਤੁਸੀਂ ਉਹਦੇ ਖੇੜੇ ਪੈ ਜਾਂਦੇ ਹੋ ਉਸ ਨੂੰ ਦੱਸਣ ਲੱਗ ਜਾਂਦੇ ਹਾਂ ਆਪਣੇ ਸਰੀਰ ਦੀ ਬਣਤਰ ਬਾਰੇ ਦੱਸਣ ਲੱਗ ਜਾਂਦੇ ਹਾਂ ਸਾਡੇ ਤੇ ਮਾੜੀਆਂ ਜਿਹੜੇ ਸਪਰੇਅ ਨੇ ਛਿੜਕਾਅ ਨੇ ਕੀੜੇ ਮਾਰ ਦਵਾਈਆਂ ਦੇ ਫਸਲਾਂ ਦੇ ਉੱਤੇ ਜਾਂ ਹੋਰ ਇਤਾਂ ਤੀਆਂ ਤੁਸੀਂ ਜਿਹੜੀਆਂ ਅਲਮਤਾਂ ਨੇ ਉਹ ਸਾਨੂੰ ਉਹਦੇ ਬਾਰੇ ਜਾਗਰੂਕ ਕਰਾਉਣ ਲੱਗ ਜਾਂਦੇ ਹਾਂ ਤੇ ਇਹ ਅਸਲ ਦੇ ਵਿੱਚ ਹੈ ਕੀ ਹੈ ਤੁਹਾਨੂੰ ਇਹ ਜਨੂਨ ਕਿੱਥੋਂ ਚੜਿਆ ਕਿ ਲੋਕਾਂ ਨੂੰ ਜਾਗਰੂਕ ਕਰਨਾ ਤੇ ਕਿਵੇਂ ਤੁਸੀਂ ਇਸ ਨੂੰ ਅੱਗੇ ਤੱਕ ਲੈ ਕੇ ਜਾ ਰਹੇ ਹੋ ਅਸਲ 'ਚ ਸਰਂਦਰ ਜੀ ਜਿਵੇਂ ਮੈਂ ਇੱਕ ਕਾਮ ਆਦਮੀ ਦੀ ਗੱਲ ਕੀਤੀ ਸੀ ਮੈਂ ਵੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਬਿਜ਼ਨਸ ਦੇ ਵਿੱਚ ਪ੍ਰਿੰਟਿੰਗ ਐਂਡ ਪਬਲਿਸ਼ਿੰਗ ਦੇ ਵਿੱਚ ਮੈਂ ਆ ਗਿਆ ਸੀ 18 ਸਾਲ ਮੈਂ ਉੱਥੇ ਕੰਮ ਕਰਦਾ ਰ ਸیرے 7 ਵਜੇ ਤੋਂ ਰਾਤ ਨੂੰ 10 11 12 21 ਵਜੇ ਦਾ ਸੀ ਮੈਨੂੰ ਵੀ ਨਹੀਂ ਪਤਾ ਸੀ ਜਿਵੇਂ ਕੰਮ ਬੰਦਾ ਫਸਿਆ ਹੋਇਆ ਸੀ ਮੈਂ ਵੀ ਫਸਿਆ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਮੇਰੇ ਬੇਟੇ ਨੂੰ ਕੁਝ ਐਸੀ ਪ੍ਰੋਬਲਮ ਨਿਕਲ ਆਈ ਜਿਹਦਾ 4 ਸਾਲ ਇਲਾਜ ਕਰਾਉਣ ਤੋਂ ਬਾਅਦ ਡਾਕਟਰਾਂ ਨੇ ਆਲਮੋਸਟ ਹੱਥ ਖੜੇ ਕਰ ਦਿੱਤੇ ਸੀ ਉਹਨਾਂ ਦਿਨਾਂ 'ਚ ਇੱਕ ਸੱਜਣ ਐਸੇ ਮਿਲੇ ਜਿਨ੍ਹਾਂ ਨੇ ਮੈਨੂੰ ਕੁਝ ਇਸ ਬਾਰੇ ਦੱਸਿਆ ਮੈਂ ਸਾਇੰਸ ਸਟੂਡੈਂਟ ਰਿਹਾ ਬੀਐਸਸੀ ਨਾਨ ਮੈਡੀਕਲ ਮੈਂ ਕੀਤੀ ਹੋਈ ਐ ਐਮਐਸਸੀ 'ਚ ਵੀ ਮੈਂ ਐਡਮਿਸ਼ਨ ਲੈ ਲਈ ਸੀ ਜਿਹੜੀ ਕੁਝ ਕਾਰਨ ਕਰਕੇ ਮੈਂ ਨਹੀਂ ਪੂਰੀ ਕਰ ਸਕਿਆ ਲੇਕਿਨ ਮੇਰਾ ਦਿਮਾਗ ਇਹ ਕਹਿੰਦਾ ਸੀ ਕਿ ਜਿਸ ਤਰ੍ਹਾਂ ਅੱਜ ਕੱਲ ਵੀ ਕਿ ਮੈਂ ਜਦੋਂ ਵੀ ਕਿਸੇ ਪੜ੍ਹੇ ਲਿਖੇ ਨਾਲ ਗੱਲ ਕਰਦਾ ਜਿਸ ਤਰ੍ਹਾਂ ਤੁਸੀਂ ਕਹ ਖਿਹੜੇ ਪੈਨ ਵਾਲੀ ਗੱਲ ਮੈਨੂੰ ਖਿਹੜੇ ਇਸ ਕਰਕੇ ਪੈਣਾ ਪੈ ਰਿਹਾ ਕਿਉਂਕਿ ਉਹ ਉਸ ਇਕਾਂਬੰਦੇ ਦੀ ਸੋਚ ਇੰਨੀ ਸੰਗੋਚਿਤ ਹੋ ਚੁੱਕੀ ਆ ਉਹ ਆਪਦੇ ਬਾਰੇ ਸੋਚ ਹੀ ਨਹੀਂ ਰਿਹਾ ਉਹ ਅੱਜ ਕੱਲ ਇਹ ਸੋਚਦਾ ਕਿ ਮੈਂ ਕਿਹੜੀ ਬ੍ਰਾਂਡ ਦੀ ਗੱਡੀ ਕਦੋਂ ਮੈਂ ਆਪਦੀ ਅਪਡੇਟ ਕਰ ਲਵਾਂ ਕਦੋਂ ਮੈਂ ਆਪਦਾ ਮੋਬਾਈਲ ਅਪਡੇਟ ਕਰ ਲਵਾਂ ਕਦੋਂ ਮੈਂ ਆਪਦਾ ਘਰ ਅਪਡੇਟ ਕਰ ਲਵਾਂ ਇਹ ਇਕਾਂਬੰਦਾ ਇਹ ਸੋਚਦਾ ਹੀ ਨਹੀਂ ਹੈ ਕਿ ਮੈਂ ਆਪਦੇ ਆਪ ਨੂੰ ਵੀ ਅਪਡੇਟ ਕਰਨਾ ਮੈਂ ਵੀ ਉਹਨਾਂ ਲੋਕਾਂ ਚੋਂ ਇੱਕ ਸੀ ਉਹਨਾਂ ਦਿਨਾਂ ਚ ਬਸ ਕੁਝ ਇੱਕ ਸ ਪਹਿਲਾਂ ਤਾਂ ਮੈਂ ਗੱਲ ਨਹੀਂ ਸੁਣੀ ਉਸ ਦੀ ਜਿਸ ਮੇਰੇ ਆਮ ਬੰਦਾ ਮੇਰੀ ਗੱਲ ਨਹੀਂ ਸੁਣਦਾ ਮੈਂ ਤਾਂ ਜਿਵੇਂ ਤੁਸੀਂ ਕਿਹਾ ਮੈਂ ਲੋਕਾਂ ਦੇ ਖਿਹੜੇ ਪੈ ਜਾਂਦਾ ਉਸ ਬੰਦੇ ਨੇ ਮੈਨੂੰ ਬੜੇ ਪਿਆਰ ਨਾਲ ਗੱਲ ਸਮਝਾਈ 9 ਸਾਲ ਪਹਿਲਾਂ ਮੇਰੇ ਘਰ ਦੀ ਹਾਲਤ ਇਹ ਸੀ ਜਿਸ ਤਰ੍ਹਾਂ ਅੱਜ ਕੱਲ ਆਮ ਕਰਦੀ ਹੈ ਮੈਂ ਹਫ਼ਤੇ 'ਚ ਮੇਰੇ ਘਰ 6 ਦਿਨ ਡਾਕਟਰ ਕੋਲ ਹੀ ਰਹਿੰਦਾ ਸੀ ਕਦੇ ਮੈਂ ਆਪਦੇ ਪਿਤਾ ਜੀ ਨੂੰ ਲੈ ਕੇ ਜਾ ਰਿਹਾ ਸੀ ਕਦੇ ਮਾਤਾ ਜੀ ਨੂੰ ਲੈ ਕੇ ਜਾ ਰਿਹਾ ਸੀ ਕਦੇ ਮੈਂ ਆਪਦੀ ਵਾਈਫ ਨੂੰ ਲੈ ਕੇ ਜਾਂਦਾ ਸੀ ਕਦੇ ਬੇਟੇ ਨੂੰ ਲੈ ਕੇ ਜਾਂਦਾ ਸੀ ਤੇ ਉਹਨਾਂ ਦਿਨਾਂ 'ਚ ਮੈਂ ਵੀ ਆਲਮੋਸਟ ਇੱਕ ਕੁਇੰਟਲ ਦਾ ਹੋ ਗਿਆ ਸੀ ਕਿਸੇ ਦਿਨ ਮੌਕਾ ਲੱਗਿਆ ਮੈਂ ਤੁਹਾਨੂੰ ਆਪਦੀਆਂ ਪੁਰਾਣੀਆਂ ਡਾਕਟਰ ਮੇਸ਼ਾ ਮੈਨੂੰ ਮੇਰੇ ਮੋਟਾਪੇ ਵੱਲੋਂ ਦੇਖ ਕੇ ਕਹਿੰਦਾ ਸੀ ਨਵਜੋਤ ਸਿੰਘ ਤੂੰ ਖਿਆਲ ਰੱਖ ਕਿਉਂਕਿ ਤੇਰੇ ਘਰ ਚ ਇੰਨੀ ਪ੍ਰੋਬਲਮ ਨਹੀਂ ਕੋਈ ਜੈਨੇਟਿਕਲੀ ਪ੍ਰੋਬਲਮਸ ਨਹੀਂ ਤੇਰੇ ਫਾਦਰ ਨੂੰ ਸ਼ੂਗਰ ਹੈ ਤੇਰੇ ਦਾਦਾ ਜੀ ਨੂੰ ਦਮਾ ਰਿਹਾ ਇਹ ਮੋਟਾਪੇ ਕਰਕੇ ਤੈਨੂੰ ਵੀ ਹੋ ਸਕਦਾ ਹੂੰ ਤਾਂ ਮੈਂ ਬੜੇ ਪਿਆਰ ਨਾਲ ਡਾਕਟਰ ਸਾਹਿਬ ਨੂੰ ਪੁੱਛਦਾ ਸੀ ਕਿ ਡਾਕਟਰ ਸਾਹਿਬ ਤੁਸੀਂ ਪਲੀਜ਼ ਮੈਨੂੰ ਵੀ ਜਦੋਂ ਕੋਈ ਫਾਰਮੂਲਾ ਮਿਲਿਆ ਤਾਂ ਮੈਨੂੰ ਦੱਸਿਓ ਕਿਉਂਕਿ ਜਿਹੜਾ ਡਾਕਟਰ ਮੈਨੂੰ ਦੱਸ ਰਿਹਾ ਹੁੰਦਾ ਸੀ ਉਹਦਾ ਵੀ ਢਿੱਡ ਤੇ ਵੱਡਾ ਲੱਗਿਆ ਹੁੰਦਾ ਸੀ ਅੱਛਾ ਉਦੋਂ ਜਦੋਂ ਮੈਨੂੰ ਇਹ ਸਮਝ ਆਈ ਉਹ ਸਮਝ ਦਾ ਨਤੀਜਾ ਇਹ ਹੋਇਆ ਸਿਹਤ ਦੀ ਇੰਨੀ ਇੰਪਰੂਵਮੈਂਟ ਹੋਈ ਹੈ ਮੈਂ ਜਦੋਂ ਇੰਪਰੂਵਮੈਂਟ ਦੇਖਦਾ ਮੈਂ ਇਹ ਚਾਹੁੰਦਾ ਕਿ ਹਰ ਘਰ ਚ ਹੋਵੇ सुरेंद्र ਜੀ ਜਦੋਂ ਮੈਂ ਤੁਹਾਨੂੰ ਮਿਲਦਾ ਮੈਨੂੰ ਵੀ ਲੱਗਦਾ ਕਿ ਤੁਹਾਡੇ ਘਰ ਚ ਵੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਸਿਹਤ ਮਿਲੀ ਹੋਵੇ ਸਾਨੂੰ 7 ਸਾਲ ਹੋ ਗਿਆ ਜੀ ਡਾਕਟਰ ਕੋਲੋਂ ਕਿਸੇ ਡਾਕਟਰ ਦੀ ਸਲਾਹ ਦੀ ਲੋੜ ਨਹੀਂ ਪਈ ਬਹੁਤ ਵਧੀਆ ਅਸੀਂ ਗੱਲਬਾਤ ਕਰਾਂਗੇ ਆਰਗੇਨਿਕ ਫੂਡ ਬਾਰੇ ਤੇ ਆਰਗੇਨਿਕ ਵੈਜੀਟੇਬਲਸ ਬਾਰੇ ਸਾਡੇ ਨਾਲ ਇੱਕ ਕੋਲਰ ਜੁੜੇ ਹੋਏ ਨੇ ਪਹਿਲਾਂ ਉਹਨਾਂ ਤੋਂ ਪੁੱਛਦੇ ਹਾਂ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਤੁਹਾਨੂੰ ਕੀ ਚੰਗਾ ਲੱਗਦਾ ਲੋਕਾਂ ਨੂੰ ਕੀ ਚੰਗਾ ਲੱਗਦਾ ਕੀ ਪ੍ਰਭਾਵ ਕੀ ਦੇਣਾ ਚਾਹੁੰਦੇ ਉਹ ਹੀ ਕਹੋ ਤੁਸੀਂ ਮੈਂ ਤਾਂ ਬਿੰਨੀ ਕਹੂੰਗਾ ਜੀ ਸਾਰੇ ਬਿੰਨੀ ਨਾਮ ਤੋਂ ਜਾਣਦੇ ਜੀ ਮੈਨੂੰ ਵੈਸੇ ਪੂਰਾ ਨਾਮ ਲੈਣਾ ਚਾਹੀਦਾ ਜਿਹੜਾ ਚੰਗਾ ਲੱਗਦਾ ਉਹਦੇ ਨਾਲ ਬੰਦੇ ਦੀ ਟੌਰ ਵੀ ਬਣਦੀ ਆ ਤੇ ਬੰਦੇ ਦਾ ਪਤਾ ਲੱਗਦਾ ਕਿ ਇਹ ਹਾਂ ਵਾਕਈ ਇੱਕ ਭਰਿਆ ਪੂਰਾ ਬੰਦਾ ਹੈਗਾ ਨਹੀਂ ਸੰਦੂ ਸੰਦੂ ਸਾਹਿਬ ਤੁਹਾਨੂੰ ਕਦੇ ਮਿਲਾਂਗੇ ਨਹੀਂ ਮੈਂ ਸੰਦੂ ਸਾਹਿਬ ਸਾਡੇ ਬਾਸ ਨੇ ਸੰਦੂ ਸਾਹਿਬ ਸਾਡੀ ਅਗਵਾਈ ਕਰਦੇ ਨੇ ਇੱਥੇ ਸਾਡੀ ਟੀਮ ਦੇ ਮੇਰਾ ਨਾਮ ਸੁਰਿੰਦਰ ਸਿੰਘ ਹੈ ਅਸਲ ਵਿੱਚ ਨੰਬਰ ਫਿੰਗਰਿੰਗ ਨੂੰ ਮਿਲਾਂਗੇ ਜੀ ਵੈਸੇ ਸਾਡੀ ਟੋਰ ਫਰੀਏ ਮਾਲਕੀ ਦੇ ਨਾਲ ਜੀ ਤੁਸੀਂ ਸਾਡੇ ਐਨੇ ਅੱਛੇ ਰੈਗੂਲਰ ਕਾਲਰ ਹੋ ਸਾਡਾ ਦਿਲ ਕਰਦਾ ਤੁਹਾਨੂੰ ਕਿਸੇ ਦਿਨ ਸਟੂਡੀਓ ਚ ਬੁਲਾਇਆ ਜਾਵੇ ਜਰੂਰ ਜੀ ਜਰੂਰ ਜਰੂਰ ਹੋ ਜਾਵਾਂਗੇ ਅਸੀਂ ਹਾਂਜੀ ਕੀ ਗੱਲ ਕੀ ਗੱਲ ਕਰਨੀ ਜਾਂਦੇ ਹੋ ਹਾਂਜੀ ਮੇਰਾ ਸਵਾਲ ਇਹ ਸੀਗੇ ਜੀ ਵੀ ਆਪਣੇ ਜੋ ਸਟੂਡੀਓ ਦੇ ਮਹਿਮਾਨ ਹੈ ਡਾਕਟਰ ਹੈ ਜੀ ਨਹੀਂ ਡਾਕਟਰ ਨਹੀਂ ਇਹ ਵੀ ਤੁਹਾਡੇ ਵਰਗੇ ਸਾਡੇ ਵਰਗੇ ਇੱਕ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੰਦੇ ਨੇ ਜਿਹੜੇ ਮਨੁੱਖੀ ਹਾਂ ਜੀ ਮੈਂ ਇਹਨਾਂ ਤੋਂ ਵੀ ਪੁੱਛਣਾ ਚਾਹੁੰਦਾ ਸੀਗਾ ਜੀ ਵੀ ਸ਼ਾਇਦ ਇਹਨਾਂ ਨੂੰ ਨੌਲੇਜ ਹੋਵੇ ਕਿ ਸਾਡਾ ਜਿਹੜਾ ਸਰਕਲ ਆ ਫਰੈਂਡ ਸਰਕਲ ਦੀ ਸਾਡਾ ਰੋਜ਼ ਸ਼ਾਮ ਨੂੰ ਡਰਿੰਕ ਕਰਨੀ ਪੈਗ ਲੋਣੇ ਤੇ ਉਹਦੇ ਕਰ ਨਹੀਂ ਮੈਂ ਤੇਜ਼ਾਬ ਬਹੁਤ ਬੰਦਾ ਤੇ ਉਹਦੇ ਲਈ ਸਹੀ ਦਵਾਈ ਦੇਸੀ ਕੀ ਇਹ ਕਿਹੜੀ ਯੂਜ਼ ਕੀਤੀ ਜਾਵੇ ਜੀ ਬਟਾ ਬਚਣ ਲਈ ਆ ਮੈਂ ਸਵਾਲ ਦੁਆਰਾ ਪੁੱਛਣਾ ਚਾਹਾਂਗਾ ਜੀ ਮੈਂ ਕਹਾਂ ਜੀ ਵੀ ਮੈਂ ਜਿੰਨਾ ਸਾਡਾ ਫਰੈਂਡ ਸਰਕਲ ਆਇਆ ਸੀ ਰੋਜ਼ ਵੀ ਡਰਿੰਕ ਕਰਨੀ ਕਰਨੀ ਹੈ ਜੀ ਸ਼ਾਮ ਨੂੰ ਪੈਗੀ ਸਾਈਕਲ ਆ ਲਈਦੀ ਹੈ ਜੀ ਉਹਦੇ ਕਰਕੇ ਤੇਜ਼ਾਬ ਬਹੁਤ ਬੰਦਾ ਵੀ ਉਹਦੇ ਲਈ ਸਹੀ ਮੈਂ ਕਿਹੜੀ ਦਵਾਈ ਲਵਾਂ ਮੈਂ ਉਸੇ 20 ਲੈਣਾ ਹੈ ਕਬਦ ਤਾਂ ਬੀਸੀ ਲਵਾਇਆ ਹੋਈ ਨੰਦਰਮਾ ਜੀ ਅੱਛਾ ਜੀ ਜਿਹੜੀ ਵੈਸੇ ਤੁਸੀਂ ਮੈਨੂੰ ਬਿਮਾਰੀ ਦੀ ਗੱਲ ਕਰ ਰਹੇ ਹੋ ਜੀ ਇਹ ਤਾਂ 90% ਲੋਕਾਂ ਨੂੰ ਅੱਜਕੱਲ ਪ੍ਰੋਬਲਮ ਹੈ ਇਹਦੇ ਜਿਹੜੀ ਕੋਈ ਦਵਾਈ ਹੈ ਜੀ ਇਹਦੇ ਲਈ ਤਾਂ ਤੁਸੀਂ ਕਿਸੇ ਡਾਕਟਰ ਨਾਲ ਕੰਸਲਟ ਕਰਿਓ ਪਰ ਮੈਂ ਇਹ ਚਾਹੁੰਦਾ ਵੀ ਕਿ ਇਹ ਬਿਮਾਰੀ ਤੁਹਾਨੂੰ ਹੋਵੇ ਨਾ ਦਵਾਈਆਂ ਦੀ ਲੋੜ ਨਾ ਪਵੇ ਤਾਂ ਮੈਂ ਤੁਹਾਨੂੰ ਕੁਝ ਸਲਾਹ ਦੇ ਸਕਦਾ ਇਹਦੇ ਬਾਰੇ ਇਹਦੇ ਬਾਰੇ ਇੱਕ ਤਾਂ ਸਰ ਇਸ ਤਰ੍ਹਾਂ ਹੈ ਕਿ ਇਹ ਵੈਸੇ ਮੈਂ ਖੁਦ ਡਰਿੰਕ ਨਹੀਂ ਕੀਤੀ ਕਦੇ ਅਜੇ ਤੱਕ ਕਦੇ ਇਹ ਡਰਿੰਕ ਨਾਲੋਂ ਜ਼ਿਆਦਾ ਸਾਡੇ ਡਾਈਜੈਸਟਿਵ ਸਿਸਟਮ ਦੀ ਪ੍ਰੋਬਲਮ ਹੈ ਜਿਹੜਾ ਤਜਾਬ ਬਣਦਾ ਜਿਹੜੀ वाइन ਹੁੰਦੀ ਹੈ ਸ਼ਰਾਬ ਹੁੰਦੀ ਹੈ ਜੇ ਸਹੀ ਤਰੀਕੇ ਦੀ ਪੀਤੀ ਜਾਏ ਇਹਦੇ ਵਿੱਚ ਤਾਂ ਐਸੇ ਬਹੁਤ ਸਾਰੇ ਐਂਜ਼ਾਈਮਸ ਹੁੰਦੇ ਨੇ ਜਿਹੜੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰ ਦਿੰਦੇ ਨੇ ਜਿਹੜਾ ਤਜਾਬ ਬਣਦਾ ਉਹਦੇ ਕੁਝ ਕਾਰਨ ਹੋਰ ਹੁੰਦੇ ਨੇ ਜੀ ਸਾਡਾ ਠੀਕ ਟਾਈਮ ਤੇ ਖਾਣਾ ਪੀਣਾ ਨਾ ਉਹ ਵੀ ਤਜਾਬ ਦਾ ਕਾਰਨ ਹੋ ਸਕਦਾ ਸਾਡੀ ਬਾਡੀ ਦੀ ਐਂਜ਼ਾਈਮੈਟਿਕ ਐਕਟੀਵਿਟੀ ਖਰਾਬ ਹੋਵੇ ਉਹਦੇ ਕਰਕੇ ਵੀ ਸਾਨੂੰ ਐਸਿਡ ਬਣ ਸਕਦਾ ਇਹ ਜਿਹੜਾ ਤਜਾਬ ਬਣਨ ਦੀ ਗੱਲ ਕਰ ਰਹੇ ਨੇ ਮੈਂ ਇੱਕ ਛੋਟਾ ਜਿਹਾ ਜਿਵੇਂ ਤੁਸੀਂ ਦਵਾਈਆਂ ਬਾਰੇ ਗੱਲ ਕਰਦੇ ਸੀ ਅ ਪਿੱਛੇ ਜੇ ਕੁਝ ਐਸੀ ਇੱਕ ਰਿਸਰਚ ਚੱਲ ਰਹੀ ਹੈ ਕਿ ਜੇ ਕੋਈ ਬੰਦਾ ਹਾਜ਼ਮੇ ਨੂੰ ਠੀਕ ਕਰਨ ਲਈ ਜਿਵੇਂ ਇਹਨਾਂ ਨੇ ਤਜ਼ਾਬ ਦੀ ਗੱਲ ਕੀਤੀ ਕਿ ਇੱਕ ਆਮ ਬੰਦੇ 'ਚ ਤਜ਼ਾਬ ਨਾ ਬਣੇ ਉਹਦਾ ਖਾਦਾ ਪੀਤਾ ਟਾਈਮ ਸਿਰ ਹਜ਼ਮ ਹੋ ਜਾਏ ਐਸੀ ਕੋਈ ਦਵਾਈ ਬਣਾ ਦੇ ਤਾਂ ਸ਼ਾਇਦ ਉਹ ਬੰਦਾ ਇੱਕ ਮਹੀਨੇ ਦੇ ਅੰਦਰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਜਾਏਗਾ ਐਡੀ ਵੱਡੀ ਸਰ ਰਿਸਰਚ ਚੱਲ ਰਹੀ ਆ ਵਰਲਡਵਾਈਡ ਲੇਕਿਨ ਇਹਦਾ ਕੋਈ ਹਾਲ ਤੱਕ ਕੋਈ ਹਿੱਟ ਐਂਡ ਫਾਰਮੂਲਾ ਨਹੀਂ ਮਿਲਿਆ ਕਿ ਆਪਾਂ ਕਿਸੇ ਚੀਜ਼ ਨੂੰ ਇਹ ਦੱਸ ਦਈਏ ਤੇ ਉਸਦਾ ਤਜ਼ਾਬ ਬੰਨਾ ਸ਼ੁਰੂ ਹੋ ਜਾਏ ਬੰਦ ਹੋ ਜਾਏ ਲੇਕਿਨ ਆਪਾਂ ਨੂੰ ਇਹ ਚਾਹੀਦਾ ਹੈ ਕਿ ਇੱਕ ਤਾਂ ਜਿਹੜੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਉਹ ਜ਼ਿਆਦਾ ਪਕੀਆਂ ਹੋਈਆਂ ਚੀਜ਼ਾਂ ਨਾ ਹੋਣ ਤਲੀਆਂ ਹੋਈਆਂ ਚੀਜ਼ਾਂ ਨਾ ਹੋਣ ਜ਼ ਤਾਜ਼ਾ ਖਾਣਾ ਖਾਈਏ ਟਾਈਮ ਸਿਰ ਖਾਈਏ ਇੱਕ ਚੀਜ਼ਾ ਹੋਰ ਵੀ ਖਿਆਲ ਰੱਖੋ ਕਿ ਜਿਹੜਾ ਸਾਡਾ ਪੇਟ ਹੈ ਇਹ ਪੂਰਾ ਕਦੇ ਵੀ ਨਹੀਂ ਭਰਿਆ ਹੋਣਾ ਚਾਹੀਦਾ ਫੁੱਲ ਜਿਵੇਂ ਅੱਜਕੱਲ ਆਪਾਂ ਨੂੰ ਖਾਸ ਕਰ ਪੰਜਾਬੀ ਬੰਦਿਆਂ ਨੂੰ ਆਦਤ ਹੁੰਦੀ ਹੈ ਇੱਕ ਪੁਰਾਣਾ ਹੈ ਤਾਂ ਚੁਟਕਲਾ ਲੋਕ ਕਿਤੇ ਇੱਕ ਜੱਟ ਬਾਣੀਆਂ ਕਿਤੇ ਬੈਠੇ ਰੋਟੀ ਖਾ ਰਹੇ ਸੀ ਤੇ ਜੱਟ ਲੱਗਿਆ ਸੀ ਰੋਟੀ ਖਾਂ ਰੋਟੀ ਖਾਂ ਤੇ ਉਹ ਬਾਣੀਆਂ ਦੀ ਘਰ ਵਾਲੀ ਬਾਰ ਬਾਰ ਆਟਾ ਗੁੰਨਦੀ ਸੀ ਤੇ ਉਹ ਢਿੱਡ ਨਹੀਂ ਭਰ ਰਿਹਾ ਸੀ ਤਾਂ ਉਹਦੀ ਵਾਈਫ ਨੇ ਬਾਣੀਆਂ ਦੇ ਨੇ ਕਿਹਾ ਵੀ ਕਿ ਤੁਸੀਂ ਆਪਦੇ ਭਰਾ ਇਹਨੂੰ ਦੋਸਤ ਨੂੰ ਸਮਝਾਓ ਕਿ ਇੰਨੀ ਰੋਟੀ ਨਹੀਂ ਖਾਈ ਦੀ ਤੋ ਜਦੋਂ ਬਾਣੀਆਂ ਨੇ ਉਸ ਨੂੰ ਕਿਹਾ ਵੀ ਕਿ ਆਪਣੇ ਪੇਟ ਦੇ ਚਾਰ ਹਿੱਸੇ ਹੁੰਦੇ ਨੇ ਦੋ ਖਾਣੇ ਲਈ ਇੱਕ ਪਾਣੀ ਲਈ ਇੱਕ ਹਵਾ ਲਈ ਸਾਨੂੰ ਇਸ ਤਰੀਕੇ ਨਾਲ ਖਾਣਾ ਚਾਹੀਦਾ ਤੋ ਜੱਟ ਕਹਿੰਦਾ ਕਿਦਾ ਉਹ ਛੱਡੋ ਜੀ ਇਹ ਤੁਹਾਡਾ ਫਾਰਮੂਲਾ ਹੋਵੇਗਾ ਅਸੀਂ ਤਾਂ ਕਹਿੰਦਾ ਚਾਰ ਹਿੱਸੇ ਰੋਟੀ ਨਾਲ ਭਰਦੇ ਆ ਪਾਣੀ ਬਿਰਲਾ ਬੁਰਲਾ ਚ ਪਿਆ ਜਾਂਦਾ ਸਾਬਦਾ ਕੀ ਆ ਆਇਆ ਤੱਕ ਨਹੀਂ ਆਇਆ ਇਹ ਕੋਈ ਗੱਲ ਉਹੀ ਅੱਜ ਕੱਲ ਆਪਣੇ ਜਿਹੜਾ ਹੈ ਅਸੀਂ ਓਵਰ ਈਟਿੰਗ ਕਰ ਲੈਂਦੇ ਆ ਉਹਦੇ ਕਰਕੇ ਵੀ ਤਿਜ਼ਾਬ ਬਣਦਾ ਕਾਫੀ ਪ੍ਰੋਬਲਮ ਕਾਫੀ ਪਰਦਾ ਇੱਕ ਸਾਡੇ ਨਾਲ ਕਾਲਰ ਹੋਰ ਜੁੜੇ ਹੋਏ ਨੇ ਅਸੀਂ ਦੇਖਦੇ ਆ ਕੀ ਕਹਿੰਦੇ ਨੇ ਉਹ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਮੁਹੱਲੇ ਤੋਂ ਬੋਲ ਰਿਹਾ ਹਾਂ ਜੇਰਾ ਨਾਮ ਸਰਬਜੀਤ ਸਿੰਘ ਮਖਵਾਲ ਸਰਬਜੀਤ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਡਾਕਟਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਿੱਦਾਂ ਆਪਾਂ ਮੁਹੱਲੇ 'ਚ ਰਹਿ ਰਹੇ ਹਾਂ ਤੇ ਇਹ ਜਿਹੜਾ ਪਾਣੀ ਆ ਪਾਣੀ ਟੋਟੀਆਂ 'ਚ ਗੰਦਾ ਪਾਣੀ ਆ ਰਿਹਾ ਇਹ ਵੀ ਬਿਮਾਰੀਆਂ ਵਾਸਤੇ ਬਹੁਤ ਰਿਸਪੌਂਸੀਬਲ ਆ ਹਾਂਜੀ ਸਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਨਵਜੋਤ ਇਹ ਜਿਹੜਾ ਸਾਡਾ ਲਾਈਫ ਸਟਾਈਲ ਹੈ ਜਾਂ ਸਾਨੂੰ ਜੋ ਚੀਜ਼ਾਂ ਮਿਲ ਰਹੀਆਂ ਨੇ ਪਾਣੀ ਮਿਲ ਰਿਹਾ ਸਾਨੂੰ ਦੁੱਧ ਮਿਲ ਰਿਹਾ ਜਾਂ ਸਾਨੂੰ ਫੂਡ ਜਿਹੜਾ ਮਿਲ ਰਿਹਾ ਇਹ ਕਿੱਥੋਂ ਤੱਕ ਸਾਨੂੰ ਸਹੀ ਮਿਲ ਰਿਹਾ ਤੇ ਇਹ ਕਿੱਥੋਂ ਤੱਕ ਯੋਗਦਾਨ ਪਾ ਰਿਹਾ ਸਾਨੂੰ ਵਿਗਾੜਨ ਦੇ ਵਿੱਚ ਸਾਡੀਆਂ ਬਿਮਾਰੀਆਂ ਲਈ ਹਾਂ ਬਹੁਤ ਹੱਦ ਤੱਕ ਇਹ ਵਿਗਾੜ ਦਾ ਇੱਕ ਕਾਰਨ ਹੈ ਜਿਸ ਤਰ੍ਹਾਂ ਸਰਬਜੀ ਜੀ ਨੇ ਕਿਹਾ ਵੀ ਕਿ ਪਾਣੀ ਦੂਸ਼ਿਤ ਅੱਜ ਕੱਲ ਸਾਨੂੰ ਮਿਲ ਰਿਹਾ ਅ ਸਰਬਜੀ ਜੀ ਕੋ ਹੋ ਸਕਦਾ ਲੋਕ ਮੇਰੇ ਨਾਲ ਇਤفاق ਰੱਖਣ ਜਾਂ ਨਾ ਰੱਖਣ ਆਪਾਂ ਜੇ ਤੁਸੀਂ ਮੋਹਾਲੀ ਰਹਿ ਰਹੇ ਹੋ ਤੁਸੀਂ ਮੋਹਾਲੀ ਚੰਡੀਗੜ੍ਹ ਦੇ ਆਸ-ਪਾਸ ਬਹੁਤ ਸਾਰੇ ਸਲਮਜ਼ ਦੇਖੇ ਨੇ ਜਿੱਥੇ ਪਾਣੀ ਦੀ ਜਿਹੜੀ ਕੁਆਲਿਟੀ ਹੈ ਬਹੁਤ ਹੀ ਜ਼ਿਆਦਾ ਪੂਰ ਹੈ ਲੇਕਿਨ ਇਸ ਦੇ ਬਾਵਜੂਦ ਤੁਸੀਂ ਦੇਖੋਗੇ ਉਹ ਲੋਕ ਸਾਡੇ ਨਾਲੋਂ ਕਿਤੇ ਜ਼ਿਆਦਾ ਤਕੜੇ ਨੇ ਜੇ ਉਹਨਾਂ ਦੇ ਬੱਚਿਆਂ ਨਾਲ ਸੀ ਆਪਦੇ ਬੱਚਿਆਂ ਨੂੰ ਕੰਪੀਟ ਕਰਾ ਲਿਆ ਜਾਏ ਕਿਸੇ ਵੀ ਫੀਲਡ ਦੇ ਵਿੱਚ ਉਹ ਬੱਚੇ ਸਾਡੇ ਬੱਚਿਆਂ ਨੂੰ ਮਾਤ ਪਾ ਜਾਂਦੇ ਨੇ ਜੇ ਸਿਰਫ ਪਾਣੀ ਦੀ ਪ੍ਰੋਬਲਮ ਕਰਕੇ ਜਿਵੇਂ ਉਹਨਾਂ ਦਾ ਸਵਾਲ ਸਿਰਫ ਪਾਣੀ ਤੇ ਸੀ ਜਿਵੇਂ ਪਾਣੀ ਦੀ ਪ੍ਰੋਬਲਮ ਕਰਕੇ ਹੀ ਸਾਨੂੰ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਹੋਣ ਤਾਂ ਤਾਂ ਸ਼ਾਇਦ ਉਹ ਬੰਦਿਆਂ ਨੂੰ ਤਾਂ ਮਰ ਜਾਣਾ ਚਾਹੀਦਾ ਸੀ ਜਿੰਨਾ ਗੰਦਾ ਪਾਣੀ ਉਹ ਪੀ ਰਹੇ ਨੇ ਸਾਡੀ ਬਾਡੀ ਚ ਕੀ ਇਮਿਊਨ ਸਿਸਟਮ ਨਾ ਹੁੰਦਾ ਸਿਸਟਮ ਕੰਮ ਕਰਦਾ ਇਹ ਇਮਿਊਨ ਸਿਸਟਮ ਇੰਨਾ ਜਾਗਰੂਕ ਹੈ ਕਿ ਜੇ ਅਸੀਂ ਕੁਝ ਵੀ ਮਾੜੀ ਚੀਜ਼ ਪਾਈਏ ਤੇ ਇਮਿਊਨ ਸਿਸਟਮ ਸਾਡਾ ਪੂਰਾ ਐਕਟਿਵ ਹੋਵੇ ਤਾਂ ਉਹ ਮਾੜੀ ਚੀਜ਼ ਨੂੰ ਆਪਣੇ ਆਪ ਸਾਡੀ ਬਾਡੀ ਚੋਂ ਐਕਸਪੈਲ ਕਰ ਦਿੰਦਾ ਲੇਕਿਨ ਅੱਜ ਕੱਲ ਬਹੁਤ ਸਾਨੂੰ ਪ੍ਰੋਬਲਮ ਇਹ ਆ ਰਹੀ ਹੈ ਜਿਸ ਤਰ੍ਹਾਂ ਆਪਣੇ ਪਹਿਲੇ ਕਾਲਰ ਨੇ ਗੱਲ ਕੀਤੀ ਸੀ ਕਿ ਅਸੀਂ ਥੋੜਾ ਜਿਆਦਾ ਡਰਿੰਕ ਕਰਦੇ ਆ ਤੇ ਸਾਨੂੰ ਤਜ਼ਾਹ ਬਣਦਾ ਅੱਜ ਕੱਲ ਸਾਡੇ ਇਮਿਊਨ ਸਿਸਟਮ ਦਾ 90% ਜਿਹੜੀ ਵਰਕਿੰਗ ਹੈ ਉਹ ਸਾਡਾ ਡਾਈਜੈਸਟਿਵ ਸੁਧਾਰਨ ਤੇ ਲੱਗੀ ਸਾਡੀ ਬਾਡੀ ਦੀ ਬਹੁਤ ਸਾਰੀ એનર્ਜੀ ਉਸੇ ਖਾਣੇ ਨੂੰ ਪਚਾਉਣ ਤੇ ਲੱਗੀ ਹੋਈ ਹੈ ਜਿਸ ਤਰ੍ਹਾਂ ਇਹਨਾਂ ਨੇ ਗੰਦੇ ਪਾਣੀ ਦੀ ਗੱਲ ਕਹੀ ਹੂੰ ਹੂੰ ਪਾਣੀ ਕਿ ਐਸੀ ਚੀਜ਼ ਹੈ ਜੀ ਜਿਸ ਦਾ ਯੂਨੀਵਰਸਲ ਇੱਕੋ ਹੀ ਕੰਮ ਹੈ ਸਾਫ ਸਫਾਈ ਹੂੰ ਹੂੰ ਜੋ ਤੱਕ ਮੈਂ ਆਪਦੇ ਹੱਥ ਪਾਣੀ ਨਾਲ ਨਹੀਂ ਧੋ ਲੈਂਦਾ ਜਦੋਂ ਇਹ ਕੱਪੜਾ ਪਾਣੀ ਵਿੱਚ ਦੀ ਨਹੀਂ ਨਿਕਲਦਾ ਜਦੋਂ ਤੁਸੀਂ ਆਪਦੇ ਟੇਬਲ ਦੇ ਉੱਤੇ ਪਾਣੀ ਵਾਲਾ ਪੋਚਾ ਨਹੀਂ ਮਾਰਦੇ ਉਦੋਂ ਤੱਕ ਅਸੀਂ ਇਸ ਨੂੰ ਸਾਫ਼ ਨਹੀਂ ਕਹਿੰਦੇ ਇਸੇ ਤਰੀਕੇ ਨਾਲ ਜਿਹੜਾ ਪਾਣੀ ਹੈ ਜਦੋਂ ਅਸੀਂ ਪੀਂਦੇ ਆ ਜਿਆਦਾਤਰ ਅਸੀਂ ਲੋਕਾਂ ਨੂੰ ਮੈਂ ਪੁੱਛਦਾ ਤੁਸੀਂ ਪਾਣੀ ਕਿਉਂ ਪੀਂਦੇ ਕਹਿੰਦੇ ਜੀ ਪਿਆਸ ਲੱਗਦੀ ਹੈ ਤਾਂ ਅਸੀਂ ਪਾਣੀ ਪੀਂਦੇ ਪਾਣੀ ਐਕਚੁਅਲੀ ਅਸੀਂ ਉਹ ਤੋਂ ਪੀਂਦੇ ਆ ਜਦੋਂ ਸਾਡੇ ਬੋਡੀ ਦੀ ਸਾਫ ਸਫਾਈ ਦੀ ਲੋੜ ਹੁੰਦੀ ਹੈ ਕੁਝ ਬਲੋਕੇਜ ਆਉਂਦੀ ਹੈ ਤਾਂ ਸਾਨੂੰ ਪਿਆਸ ਦੇ ਰੂਪ ਚ ਉਹ ਸਾਹਮਣੇ ਆਉਂਦੀ ਹੈ ਪੱਠਲ ਸਾਹਿਬ ਅਸੀਂ ਪਾਣੀ ਤੇ ਗੱਲ ਕਰ ਰਹੇ ਸੀ ਪਾਣੀ ਦੇ ਇਲਾਵਾ ਫੂਡ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਇਸ ਤਰ੍ਹਾਂ ਦਾ ਮਿਲ ਰਿਹਾ ਜਿਹੜਾ ਸਪਰੇ ਦੇ ਰਾਹੀਂ ਜਿਹੜਾ ਕੀਟਨਾਸ਼ਕਾਂ ਦੇ ਉੱਤੇ ਸਪਰੇ ਕਰੀਦਾ ਹੈਗਾ ਕੀਟਨਾਸ਼ਕਾਂ ਦੇ ਰੂਪ ਦੇ ਵਿੱਚ ਉਸ ਦੇ ਰਾਹੀਂ ਮਤਲਬ ਸਾਡੇ ਫੂਡ ਦੇ ਵਿੱਚ ਆ ਕੇ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਰਿਹਾ ਹੈ ਕਿਵੇਂ ਬਚਾ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਇਸ ਤੋਂ ਜਾਂ ਇਸ ਦੀ ਕੋਈ ਦੇਖੋ ਰੋਕਥਾਮ ਤਾਂ ਹੈ ਨਹੀਂ ਜਦੋਂ ਤੱਕ ਅਸੀਂ ਪਿਓਰ ਫੂਡ ਨਹੀਂ ਲੈਂਦੇ ਹੈਗੇ ਪੂਰੀ ਤਰ੍ਹਾਂ ਉਹਦੇ ਤੱਕ ਤਾਂ ਅਸੀਂ ਬਚਾ ਨਹੀਂ ਸਕਦੇ ਪਰ ਇਸ ਦੇ ਬਾਵਜੂਦ ਸਾਨੂੰ ਰੋਟੀ ਤਾਂ ਖਾਣੀ ਪਏਗੀ ਸਾਨੂੰ ਸਬਜ਼ੀਆਂ ਖਾਣੀਆਂ ਪੈਣਗੀਆਂ ਸਾਨੂੰ ਦੁੱਧ ਪੀਣਾ ਹੀ ਪਏਗਾ ਕਿਵੇਂ ਬਚਾ ਸਕਦੇ ਹਾਂ ਆਪਣੇ ਆਪ ਅ ਤੁਹਾਡਾ ਸਵਾਲ ਜਿਹੜਾ ਹੈ ਆਪਾਂ ਨੂੰ ਇਸ ਦੇ ਲਈ ਬਹੁਤ ਲੰਮਾ ਸਮਾਂ ਚਾਹੀਦਾ ਹੋਵੇਗਾ ਡਿਸਕਸ਼ਨ ਲਈ ਲੇਕਿਨ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਇਹੀ ਗੱਲ ਕਰਦਾ ਜਿਸ ਤਰ ਤੁਸੀਂ ਕਿਹਾ ਕਿ ਅੱਜ ਕੱਲ ਕੀਟਨਾਸ਼ਕ ਵਗੈਰਾ ਬਹੁਤ ਜ਼ਿਆਦਾ ਸਪਰੇਅ ਕਰ ਰਹੇ ਨੇ ਖਾਦਾਂ ਦਾ ਬਹੁਤ ਜ਼ਿਆਦਾ ਮਹਿਕੂਮਾ ਦੁਰਪਯੋਗ ਹੋ ਰ ਇਕ ਜਿਹੜਾ ਆਮ ਕਿਸਾਨ ਹੈ ਮੈਂ ਸ਼ੋਰਤਾਨੀਆਂ ਲੇਕਿਨ ਮੈਂ ਕਈ ਕਿਸਾਨਾਂ ਤੋਂ ਸੁਣਿਆ ਕਿ ਜਦੋਂ ਖਾਲ ਲੈਣ ਜਾਂਦੇ ਆਪਾਂ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਸਵਾਲ ਯਾਦ ਰੱਖਣਾ ਆਪਾਂ ਐਸੇ ਤੇ ਗੱਲਬਾਤ ਜਾਰੀ ਰੱਖਾਂਗੇ ਹੈਲੋ ਹੈਲੋ ਅਮਨਦੀਪ ਸਿੰਘ ਬੋਲ ਰਹੇ ਹਾਂ ਨਾ ਬਦੋ ਜੀ ਹਾਂ ਜੀ ਅਮਨਦੀਪ ਸਿੰਘ ਬੋਲ ਰਹੀ ਨਾ ਬਦੋ ਹਾਂ ਜੀ ਅਮਨਦੀਪ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਹਾਂ ਮੈਂ ਇੱਕ ਵੱਡੀ ਦਾਖੜਿਆਨੀ ਆ ਜੀ ਹਾਂ ਜੀ ਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਇਹ ਮੈਡੀਕਸਨ ਖਾ ਕੇ ਆਪਣਾ ਸਰੀਰ ਜਿਹੜਾ ਕਿ ਆਪਣਾ ਜਿਆਦਾ ਵੱਡਾ ਕਰਦੇ ਨੇ ਹਾਂਜੀ ਬਹੁਤ ਬਹੁਤ ਥੋੜੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਹਾਂਜੀ ਕਿ ਕੀ ਇਹ ਜੈਸੀ ਖਰਾਬ ਤੋਂ ਕੋਈ ਖਤਰਨਾਕ ਨਹੀਂ ਜਾਂ ਕੋਈ ਇਹਦਾ ਕੋਈ ਤਰ੍ਹਾਂ ਦਾ ਸਾਈਡ ਇਫੈਕਟ ਹੈ ਅਮਦੀਪ ਤੁਸੀਂ ਕਬੱਡੀ ਦੇ ਖਿਡਾਰੀ ਹੋ ਤੁਸੀਂ ਕਦੇ ਕੋਈ ਡਰਗ ਵਗੈਰਾ ਲਈ ਜਾਂ ਸ਼ਕਤੀ ਵਧਾਣ ਲਈ ਕੋਈ ਜਿਵੇਂ ਦਵਾਈਆਂ ਹੁੰਦੀਆਂ ਨੇ ਉਹ ਤੁਸੀਂ ਕੋਈ ਲਈ ਕਦੇ ਨਹੀਂ ਨਹੀਂ ਮੈਂ ਅਜੇ ਤੱਕ ਨਹੀਂ ਲਈ ᱛੀ ਮੈਂ ਇਹ ਲੋਹੋਰ ਕਦੇ ਇਹਨਾਂ ਬਹੁਤ ਸਾਰੇ ਲੈਂਦੇ ਨੇ ਕਿ ਤਕਰੀਬਨ 90% ਜਿਹੜੇ ਖਿਡਾਰੀ ਨੇ ਉਹ ਇਸੇ ਨਾਸਮਲ ਕਰਦੇ ਨੇ ਟੀਕੇ ਵੀ ਲਾਉਂਦੇ ਨੇ ਹੋਰ ਜੋ ਅਬ ਮੈਡੀਕਲ ਵੀ ਆਉਦਾਂ ਨੇ ਸਾਰੇ ਯੂਜ਼ ਕਰਦੇ ਨੇ ਉਹ ਹਾਂਜੀ ਤੇ ਇਸੇ ਵਾਰੀ ਗੱਸਣ ਜਾਂਦਾ ਸੀ ਕਿ ਅਸੀਂ ਤਾਂ ਮੈਂ ਤਾਂ ਇੱਕ ਆਮ ਜਿਹੀ ਖਰਾਕ ਆ ਆਪਣੇ ਘਰ ਦੀ ਨੀਡ ਹੋ ਗਿਆ ਜਾਂ ਕੁਝ ਵੀ ਹੋ ਗਿਆ ਬਾਦਾਮ ਉਹ ਜੋ ਖਾਣੇ ਆ ਅੱਛਾ ਪਰ ਬਹੁਤ ਅੱਗੇ ਨਹੀਂ ਆ ਨਿਸ਼ੀਟੀ ਅੱਬ ਅਸੀਂ ਜਿੰਨੇ ਜੀ ਸਹਾਇਤ ਜਿਹੜੀ ਕਰਦੇ ਆ ਉਹ ਕੁਝ ਮਹੀਨੇ ਦੇ ਵਿੱਚ ਕਰ ਦਿੰਦੇ ਨੇ ਕਿ ਉਹ ਤਾਂ ਵੀ ਉਹ ਬਾਅਦ ਦੀ ਵਜਿੰਦਗੀ ਜਿਹੜੀ ਆਉਣ ਵਾਲੀ ਬਾਅਦ ਦੇ ਵਿੱਚ 40 ਸਾਲ ਦੇ ਬਾਅਦ ਉਹ ਉਹ ਉਹਦੀ ਉਹਦੀ ਅਸੀਂ ਗੱਲਬਾਤ ਕਰਾਂਗੇ ਅਮਨਦੀਪ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਕਬੱਡੀ ਦੇ ਖਿਡਾਰੀ ਹੋਣ ਦੇ ਬਾਵਜੂਦ ਮਤਲਬ ਆਪਣਾ ਸਰੀਰ ਜਿਹੜਾ ਹੈ ਸੰਭਾਇਆ ਹੋਇਆ ਤੇ ਕੋਈ ਇਸ ਤਰ੍ਹਾਂ ਦੀ ਤੁਸੀਂ ਨਸ਼ੀਲੀ ਦਵਾਈ ਜਾਂ ਤਾਕਤ ਵਧਾਉਣ ਵਾਲੀ ਦਵਾਈ ਤੁਸੀਂ ਅਜੇ ਤੱਕ ਨਹੀਂ ਲਈ ਅਸੀਂ ਗੱਲਬਾਤ ਕਰਾਂਗੇ ਇਸੇ ਵੀ ਪਟਨ ਸਾਹਿਬ ਆਪਾਂ ਗੱਲ ਕਰ ਰਹੇ ਸੀ ਅਮਨਦੀਪ ਦਾ ਜਿਹੜੀ ਗੱਲ ਹੈ ਉਹ ਬਾਅਦ ਚ ਕਰਾਂਗੇ ਆਪਾਂ ਫੂਡ ਦੀ ਗੱਲ ਕਰ ਰਹੇ ਸੀ ਹਾਂ ਜੀ ਜਿਹੜਾ ਖਾਣਾ ਹੈ ਜੇ ਆਪਾਂ ਪਹਿਲਾਂ ਜਿਵੇਂ ਆਪਾਂ ਦਵਾਈਆਂ ਤੋਂ ਮੁੱਦਾ ਸ਼ੁਰੂ ਕੀਤਾ ਸੀ ਦਵਾਈਆਂ ਦਾ ਜਨਮਦਾਤਾ ਨੂੰ ਹਿਪੋਕ੍ਰੈਟਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਜਿਹੜੀ ਆਪਦੀ ਕਿਤਾਬ ਲਿਖੀ ਹੈ ਜਿਦੇ ਚ ਮੈਡੀਸਨ ਦਵਾਈਆਂ ਦੇ ਨੁਸਖੇ ਲਿਖੇ ਨੇ ਉਹਦੇ ਪਹਿਲੇ ਪੰਨੇ ਦੇ ਉੱਤੇ ਵੀ ਇਹ ਲਿਖਿਆ ਹੋਇਆ ਲੈਟ ਫੂਡ ਬੀ ਦਾਈ ਮੈਡੀਸਨ ਉਹ ਵੀ ਐਸੀ ਚੀਜ਼ ਨੂੰ ਕਹਿੰਦੇ ਨੇ ਕਿ ਸਾਡਾ ਜਿਹੜਾ ਭੋਜਨ ਹੈ ਉਹੀ ਦਵਾਈ ਦਾ ਕੰਮ ਕਰਦਾ ਆਪਣੇ ਆਪ ਚ ਦਵਾਈ ਹੈ ਲੇਕਿਨ ਉਹੀ ਗੱਲ ਫਿਰ ਬਿਜ਼ਨਸ ਵਾਲੀ ਗੱਲ ਆ ਜਾਂਦੀ ਹੈ ਕਿ ਬਹੁਤ ਸਾਰੇ ਐਸੇ ਸੰਸਥਾਵਾਂ ਨੇ ਐਸੇ ادارے ਨੇ ਜਿਨ੍ਹਾਂ ਨੂੰ ਇਹ ਗੱਲ ਪਸੰਦ ਨਹੀਂ ਹੈ ਕਿਉਂਕਿ ਉਹਨਾਂ ਦੀ ਦਵਾਈਆਂ बिकਨੀ ਬੰਦ ਹੋ ਜਾਣਗੀਆਂ ਨਾ ਜੇ ਅਸੀਂ ਇਸ ਚੀਜ਼ ਦੇ ਉੱਤੇ ਆ ਜਾਵਾਂਗੇ ਤਾਂ ਉਹ ਜਿਹੜੇ ਕੀਟਨਾਸ਼ਕ ਨੇ ਜਿਹੜੀਆਂ ਖਾਦਾਂ ਨੇ ਉਹ ਵੀ ਕਿਸੇ ਹੱਦ ਤੱਕ ਉਹਨਾਂ ਘਰਾਣਿਆਂ ਚ ਉਹਨਾਂ ਬਿਜ਼ਨਸ ਅਦਾਰਿਆਂ ਤੋਂ ਹੀ ਸਾਡੇ ਲੋਕਾਂ ਤੱਕ ਪਹੁੰਚੀਆਂ ਹੋਈਆਂ ਨੇ ਸਾਡਾ ਇੱਕ ਜੱਟ ਜ਼ਿਮੀਦਾਰ ਜਿਹੜਾ ਕਿਸਾਨ ਹੈ ਉਸ ਨੂੰ ਵਿਚਾਰੇ ਨੂੰ ਇੰਨੀ ਸਮਝ ਨਹੀਂ ਹੈ ਕਿ ਉਹ ਕੀ ਪਾਵੇ ਤੇ ਕੀ ਨਾ ਪਾਵੇ ਕਈ ਵਾਰ ਉਹ ਖਾਦ ਲੈਣ ਜਾਂਦਾ ਤਾਂ ਉਸ ਨੂੰ ਜ਼ਬਰਦਸਤੀ ਕੁਝ ਕੀਟਨਾਸ਼ਕ ਦਵਾਈਆਂ ਨਾਲ ਵੇਚੀਆਂ ਜਾਂਦੀਆਂ ਨੇ ਇਸ ਵੇਲੇ ਮੈਨੂੰ ਅੱਜ ਤੋਂ ਬਹੁਤ ਸਾਲ ਪੁਰਾਣੀ ਗੱਲ ਯਾਦ ਆ 35 40 ਸਾਲ ਪਹਿਲਾਂ ਦੀ ਗੱਲ ਆ ਸਾਡੇ ਪਿੰਡ ਦੇ ਵਿੱਚ ਮੇਰੇ ਨਾਨਕੇ ਪਿੰਡ ਦੇ ਵਿੱਚ ਜਿਹੜਾ ਬਠੱਡੇ ਦੇ ਕੋਲ ਪੈਂਦਾ ਲੋਕ ਯੂਰੀਆ ਦੇਣ ਆਏ ਸੀ ਹੂੰ ਹੂੰ 100 100 ਗ੍ਰਾਮ ਯੂਰੀਆ ਉਹਨੇ ਕਿਹਾ ਸੀ ਇੱਕ ਕਿੱਲੇ 'ਚ ਪਾਓਗੇ ਤਾਂ ਤੁਹਾਡੀ ਫਸਲ ਡੇਢ ਗੁਣੀ ਹੋ ਜਾਏਗੀ ਹੂੰ ਮੇਰੇ ਨਾਨਾ ਜੀ ਦੇ ਬਹੁਤ ਵਿਰੋਧ ਕਰਨ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਪਾਈ ਜਿਹੜੀ 25 30 ਮਣ ਕਣਕ ਜਾਂ 20 ਮਣ ਕਣਕ ਉਸ ਟਾਈਮ ਹੁੰਦੀ ਸੀ ਜਿਹਨਾਂ ਲੋਕਾਂ ਨੇ ਯੂਰੀਆ ਯੂਜ਼ ਕੀਤਾ ਉਹਨਾਂ ਦੇ 40 40 45 45 ਮਣ ਕਣਕ ਹੋਈ ਮੇਰੇ ਨਾਨਾ ਜੀ ਦਾ ਉਹਨਾਂ ਲੋਕਾਂ ਨੇ ਮਖੌਲ ਲੜਾਇਆ ਮੈਂ ਉਦੋਂ ਬਹੁਤ ਛੋਟਾ ਹੁੰਦਾ ਸੀ ਮੈਂ ਇਸ ਗੱਲ ਨੂੰ ਨਹੀਂ ਸਮਝਿਆ ਲੇਕਿਨ ਉ ਜਿੱਥੇ 100 150 200 ਗ੍ਰਾਮ ਯੂਰੀਆ ਨਾਲ ਫਸਲ ਹੁੰਦੀ ਸੀ 2 2 2.5 2.5 ਕੁੰਟਲ ਯੂਰੀਆ ਪੈਂਦਾ ਤਾਂ ਫਸਲ ਹੁੰਦੀ ਹੈ ਤਾਂ ਹੁੰਦੀ ਹੈ ਜੇ ਆਪਾਂ ਯੂਰੀਆ ਨਹੀਂ ਪਾਉਂਦੇ ਤਾਂ ਫਸਲ ਨਹੀਂ ਹੁੰਦੀ ਤਾਂ ਹੁਣ ਤੁਸੀਂ ਆਪ ਸੋਚੋ ਕਿ ਜਿਹੜੀ ਫਸਲ ਹੋ ਰਹੀ ਹੈ ਉਹ ਯੂਰੀਆ ਹੋ ਰਿਹਾ ਕਿ ਫਸਲ ਹੋ ਰਹੀ ਹੈ ਹੂੰ ਹੂੰ ਫਿਰ ਅੱਜਕੱਲ ਬਹੁਤ ਸਾਰੇ ਬੀਜ ਐਸੇ ਨੇ ਜੈਨੇਟਿਕਲੀ ਮੋਡੀਫਾਈਡ ਸੀਡਸ ਆ ਰਹੇ ਨੇ ਜਿਸ ਤਰ੍ਹਾਂ ਸਾਡੇ ਬਠਿੰਡੇ ਸਾਈਡ 'ਚ ਨਰਮਾ ਕਪਾ ਬੀਜਾ ਜਾ ਰਿਹਾ ਬੀਟੀ ਕਾਟਨ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਬੀਟੀ ਕੀ ਚੀਜ਼ ਹੈ ਬੀਟੀ ਹੈ ਕੀ ਚੀਜ਼ ਆਪਾਂ ਗੱਲ ਕਰਾਂਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਉਹਨਾਂ ਤੋਂ ਪੁੱਛ ਲਈਏ ਪਹਿਲਾਂ ਕਿ ਹਰ ਇੱਕ ਸਾਡੇ ਵੀਵਰ ਦੀ ਕੋਸ਼ਿਸ਼ ਹੁੰਦੀ ਹੈ ਕਿ ਸ਼ੋਅ ਦੇ ਵਿੱਚ ਹਿੱਸਾ ਲਿਆ ਜਾਵੇ ਜਿਆਦਾ ਤੋਂ ਜਿਆਦਾ ਗੱਲ ਕੀਤੀ ਜਾਵੇ ਹਾਂ ਹਾਂ ਬਿਲਕੁਲ ਬਿਲਕੁਲ ਅਸੀਂ ਸੁਣਦੇ ਹਾਂ ਉਹ ਕੀ ਬਿਲਕੁਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਰ ਮੈਂ ਲਖਮਿੰਦਰਪਾਲ ਸਿੰਘ ਗਰੇਵਾਲ ਬੋਲ ਰਿਹਾ ਹਾਂ ਕੋਰ ਲਖਵਿੰਦਰਪਾਲ ਸਿੰਘ ਗਰੇਵਾਲ ਜੀ ਤੁਹਾਡਾ ਸਵਾਗਤ ਹੈ ਕੁਰੂਖੇਤਰ ਤੋਂ ਬੋਲ ਰਹੇ ਹੋ ਕੀ ਗੱਲ ਕਰਨੀ ਚਾਹੁੰਦੇ ਹੋ ਸਾਡੇ ਸ਼ੋਅ ਦੇ ਵਿੱਚ ਮੈਂ ਪੱਠਲ ਸਾਹਿਬ ਨੂੰ ਸ਼ੁਭ ਕਾਮਨਾਵਾਂ ਦੇਣੀਆ ਚਾਹੁੰਨਾ ਕਿ ਬਹੁਤ ਵਧੀਆ ਅਵੇਰਨੈਸ ਕਰ ਰਹੇ ਨੇ ਅੱਗੇ ਇਹਨਾਂ ਨੂੰ ਪਰਵਾਤਮਾ ਇਹਨਾਂ ਨੂੰ ਅੱਗੇ ਫਦਾਵੇ ਹਾਂਜੀ ਔਰ ਰੂਟੀਨ ਦੇ ਵਿੱਚ ਇਨਸਾਨ ਨੂੰ ਆਪਦੀ ਸਿਹਤ ਅੰਦਰੋਂ ਸੱਖਣ ਵਾਸਤੇ ਕੀ ਖਾਣਾ ਪੀਣਾ ਚਾਹੀਦਾ ਹਾਂਜੀ ਦੱਸੋ ਪਹਿਲਾਂ ਇਹਨਾਂ ਨੂੰ ਦੱਸੋ ਕੀ ਖਾਣਾ ਪੀਣਾ ਚਾਹੀਦਾ ਖਾੜੇ ਪੀਣੇ ਤੋਂ ਤਾਂ ਇਹ ਜੀ ਕਿ ਤੁਸੀਂ ਜੋ ਵੀ ਖਾਣਾ ਪੀਣਾ ਚਾਹੁੰਦੇ ਹੋ ਉਹ ਤੁਸੀਂ ਖਾ ਪੀ ਸਕਦੇ ਹੋ ਬਸ਼ਰਤੇ ਕਿ ਉਹ ਕੁਦਰਤੀ ਹੋਵੇ ਪਰ ਅੱਜ ਕੱਲ ਆਪਾਂ ਦੇਖਦੇ ਆਂ ਫਲ ਫਰੂਟ ਤੇ ਵੀ ਸਪਰੇ ਹੋ ਰਿਹਾ ਸਪਰੇ ਹੋ ਰਿਹਾ ਜੀ ਉਹ ਜਦੋਂ ਸਪਰੇ ਆਉਂਦਾ ਜੀ ਉਹਦਾ ਇੱਕ ਸਭ ਤੋਂ ਵਧੀਆ ਤਰੀਕਾ ਹੁੰਦਾ ਕਿ ਜੇ ਸਪਰੇ ਫਲ ਦੇ ਅੰਦਰ ਜਦੋਂ ਜਾਂਦਾ ਤਾਂ ਇੱਕ ਕਾਫੀ ਸਾਰੀਆਂ ਬਾਇਓਲੋਜੀਕਲ ਚੇਂਜਸ ਆਲਰੇਡੀ ਉਹ ਫਲ ਦਾ ਜਿਹੜਾ ਬੂਟਾ ਹੈ ਉਹ ਆਲਰੇਡੀ ਕਰ ਚੁੱਕਿਆ ਹੁੰਦਾ ਉਸ ਨੂੰ ਡੀਕੰਪੋਜ਼ ਕਰ ਚੁੱਕਿਆ ਹੁੰਦਾ ਤੁਸੀਂ ਥੋੜਾ ਜਿਆਦਾ ਖਿਆਲ ਰੱਖਣਾ ਕਿ ਜਿਹੜਾ ਸਪਰੇਅ ਬਾਹਰੋਂ ਹੋਇਆ ਹੋਇਆ ਬਾਹਰੋਂ ਕੋਈ ਪਾਲਿਸ਼ ਹੋਈ ਹੋਈ ਹੈ ਜਿਵੇਂ ਤੁਸੀਂ ਅੱਜਕੱਲ ਦੇਖਦੇ ਹੋ ਸੇਬ ਬਾਹਰੋਂ ਬੜੇ ਚਮਕਦੇ ਹੁੰਦੇ ਨੇ ਤੁਸੀਂ ਉਹ ਸੇਬ ਨੂੰ ਰੱਖੋ ਤੇ ਨਾਲ ਇੱਕ ਮੋਮਬਤੀ ਮਚਾ ਦਿਓ ਤਾਂ ਤੁਸੀਂ ਵੈਕਸਿੰਗ ਆਪੇ ਦੇਖੋਗੇ ਤੁਸੀਂ ਕੋਸ਼ਿਸ਼ ਕਰੋ ਕਿ ਬਾਹਰੋਂ ਜਿਹੜੀਆਂ ਤੁਸੀਂ ਬਾਜ਼ਾਰ ਚੋਂ ਸਬਜ਼ੀਆਂ ਫਲ ਫਰੂਟ ਖਰੀਦਦੇ ਹੋ ਚੰਗੀ ਤਰ੍ਹਾਂ ਧੋ ਚੰਗੀ ਤਰ੍ਹਾਂ ਧੋ ਲਓ 2-3 ਵਾਰ 3-4-5 ਵਾਰ ਇਸੇ ਤਰ੍ਹਾਂ ਸਬਜ਼ੀਆਂ ਨਹੀਂ ਜੇ ਤੁਸੀਂ ਦਾਲਾਂ ਵੀ ਲੈਂਦੇ ਹੋ ਉਹਨਾਂ ਦੇ ਉ ਉਨਾ ਚੰਗਾ ਇੱਕ ਹੋਰ ਸਾਡੇ ਨਾਲ ਕੋਲਰ ਜੁੜੇ ਹੋਏ ਨੇ ਹੈਲੋ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਮੈਂ ਪਿੰਚਕੂਲਾ ਤੋਂ ਬੋਲਦਾ ਜੀ ਜਤਿੰਦਰ ਸੋਨੀ ਜਸਵਿੰਦਰ ਸੋਨੀ ਜਤਿੰਦਰ ਸੋਨੀ ਜਤਿੰਦਰ ਸੋਨੀ ਜਤਿੰਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਆਰਗੇਨਾਈਜ਼ਿੰਗ ਫੂਡ ਜਿਹੜਾ ਬੜਾ ਰੋਲਾ ਪਿਆ ਹੋਇਆ ਹੈ ਅੱਜਕੱਲ ਇਹ ਆਰਗੇਨਾਈਜ਼ਡ ਫੂਡ ਹੈ ਕੀ ਤੇ ਆਮ ਮਨਦਾ ਇਹਨੂੰ ਕਿਵੇਂ ਖਰੀਦ ਸਕਦਾ ਹੈ ਮਹਿੰਗਾ ਹੀ ਬਹੁਤ ਹੈ ਜੀ ਇਹ ਤਾਂ ਅਸਲ ਸਰ ਜੀ ਜਿਹੜੀ ਚੀਜ਼ ਮਹਿੰਗੀ ਹੁੰਦੀ ਆ ਅਸੀਂ ਉਹੀ ਬਣਾਈ ਹੁੰਦੀ ਆ ਨਾ ਅਸੀਂ ਖੇਤਾਂ 'ਚ ਕੰਮ ਕਰਨ ਦਾ ਬੰਦ ਕਰ ਦਿੱਤਾ ਆਪੇ ਮਹਿੰਗਾ ਹੋ ਗਿਆ ਇੱਕ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਜੀ ਅ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਅਸੀਂ ਜਦੋਂ ਪੜਨ ਜਾਂਦੇ ਸੀ ਤਾਂ ਕਿੰਨੀ ਕਿੰਨੀ ਦੂਰ ਪੈਦਲ ਜਾਂਦੇ ਹੁੰਦੇ ਸੀ ਸ਼ਹਿਰ ਪੜਨ ਹੂੰ ਤੇ ਅੱਜ ਇੰਨੇ ਸਾਲ ਨਿਕਲਣ ਤੋਂ ਬਾਅਦ ਸਾਡੇ ਬੱਚੇ ਕਿੰਨੀ ਕਿੰਨੀ ਦੂਰ ਪਿੰਡਾਂ 'ਚ ਪੜਨ ਜਾਂਦੇ ਨੇ ਕੋਈ ਫਰਕ ਪਿਆ ਇਸੇ ਤਰੀਕੇ ਨਾਲ ਜਿਹੜੀਆਂ ਅਸੀਂ ਚੀਜ਼ਾਂ ਨੂੰ ਕਰ ਰਹੇ ਆਂ ਜੇ ਅੱਜਕੱਲ ਕੋਈ ਬੰਦਾ ਕਹਿੰਦਾ ਕਿ ਜੀ ਮੈਨੂੰ ਸਮਾਨ ਨੈਚੁਰਲ ਮਿਲਦਾ ਨਹੀਂ ਤਾਜ਼ਾ ਮਿਲਦਾ ਨਹੀਂ ਕੁਦਰਤੀ ਮਿਲਦਾ ਨਹੀਂ ਮਹਿੰਗਾ ਮਿਲਦਾ ਹੈ ਉਹਦੇ ਕਸੂਰਵਾਰ ਅਸੀਂ ਹਾਂ ਨਾ ਅਸੀਂ ਉਹਨਾਂ ਜ਼ਮੀਨਾਂ ਦੇ ਉੱਤੇ ਜਦੋਂ ਘਰ ਬਣਾਉਣੇ ਸ਼ੁਰੂ ਕਰਤੇ ਕਲੋਨੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਉਹ ਜਿਸ ਜਗ੍ਹਾ ਦੇ ਉੱਤੇ ਮੈਂ ਰਹਿ ਰਿਹਾ ਇੱਥੇ ਕਿਸੇ ਵਕਤ ਚੰਡੀਗੜ੍ਹ ਨੂੰ ਗੋਭੀ ਸਪਲਾਈ ਹੁੰਦੀ ਹੁੰਦੀ ਸੀ ਫਲ ਫਰੂਟ ਸਪਲਾਈ ਹੁੰਦਾ ਹੁੰਦਾ ਸੀ ਹੁਣ ਜਿਸ ਜਗ੍ਹਾ ਦੇ ਉੱਤੇ ਮੈਂ ਇੱਕ ਆਪਦਾ ਡਰੈਇੰਗ ਰੂਮ ਬਣਾਇਆ ਹੈ ਉਹਦੇ 'ਚ ਤਾਂ ਫਲ ਫਰੂਟ ਨਹੀਂ ਲੱਗਦਾ ਹੈ ਹੂੰ ਹੂੰ ਅਸੀਂ ਆਲੀਸ਼ਾਨ ਘਰ ਬਣਾ ਲਏ ਨੇ ਕਿਸ ਮੁੱਲ ਦੇ ਉੱਤੇ ਉਹ ਇਹੀ ਆ ਜੋ ਇਹ ਕਹਿ ਰਹੇ ਨੇ ਹਾਂ ਕਿ ਸਾਨੂੰ ਵੱਧ ਪੇ ਕਰਨਾ ਪਏਗਾ ਜੀ ਜਿਹੜੀ ਚੀਜ਼ ਦੀ ਘਾ ਉਹਦਾ ਪ੍ਰਾਈਸਾਂ ਨੂੰ ਵੱਧ ਪੇ ਕਰਨੀ ਪਏਗਾ ਕੀ ਖਾਣਾ ਕੀ ਚਾਹੀਦਾ ਸਾਨੂੰ ਫਿਰ ਆਖਰ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਹੋਣੇ ਸ਼ੁਰੂ ਹੋਏ ਲੋਕ ਦਰਸ਼ਕਾਂ ਨੂੰ ਪਤਾ ਲੱਗਦਾ ਕਿ ਲੋਕ ਚਾਹੁੰਦੇ ਨੇ ਕਿ ਐਸੀ ਠੀਕ ਠਾਕ ਰਹੀਏ ਇਹ ਦੇ ਨਾਲ ਇਹ ਵੀ ਚਾਹੁੰਦੇ ਨੇ ਕਿ ਪੈਸਾ ਘੱਟ ਲੱਗੇ ਦੇਖੋ ਜੀ ਕਿਸੇ ਚੀਜ਼ ਦੀ ਜਿਹੜੀ ਕੀਮਤ ਹੁੰਦੀ ਆ ਉਹ ਸਰਮਾਇਦਾਰ ਬੰਦੇ ਨੂੰ ਸਾਨੂੰ ਦੇਣੀ ਪੈਣੀ ਆ ਜਿਹੜਾ ਬੰਦਾ ਸਾਡੇ ਸਾਹਮਣੇ ਬਿਜ਼ਨਸ ਕਰ ਰਿਹਾ ਸਾਨੂੰ ਦੇਣੀ ਪੈਣੀ ਆ ਪਰ ਫਿਰ ਵੀ ਜੇ ਅਸੀਂ ਕੋਸ਼ਿਸ਼ ਕਰੀਏ ਥੋੜੀ ਜੀ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਜਗ੍ਹਾ ਦੀ ਬੜੀ ਘਾਟ ਹੈ ਜਿੰਨਾ ਲੋਕਾਂ ਕੋਲ ਆਵਦੇ ਕਰਨੇ ਉਹ ਆਪਦੇ ਉੱਤੇ ਟਰੈਸ ਦੇ ਉੱਤੇ ਛੋਟੀ ਮੋਟੀਆਂ ਸਬਜ਼ੀਆਂ ਆਪਦੇ ਘਰੇ ਉਗਾ ਸਕਦੇ ਨੇ ਪਿੱਛੇ ਮੈਨੂੰ ਇੱਕ ਸੱਜਣ ਮਿਲੇ ਸੀ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਆਪਾਂ ਇਸ ਤਰੀਕੇ ਨਾਲ ਕੁਝ ਕਰ ਸਕਦੇ ਆ ਇੱਕ ਬੜੀ ਰਿਸਰਚ ਇਹ ਚੱਲ ਰਹੀ ਹੈ ਕਿ ਦੁਨੀਆ 'ਚ ਜਿੰਨੇ ਵੀ ਜਾਨਵਰ ਨੇ ਉਹ ਜਿਹੜਾ ਖਾਣਾ ਖਾਂਦੇ ਨੇ ਉਹ ਸਾਰੇ ਕੁਦਰਤੀ ਖਾਂਦੇ ਨੇ ਪੱਕਿਆ ਹੋਇਆ ਨਹੀਂ ਖਾਂਦੇ ਪੱਕਿਆ ਹੋਇਆ ਸਿਰਫ ਇਨਸਾਨ ਖਾਂਦਾ ਤੇ ਇਨਸਾਨ ਹੀ ਦਵਾਈਆਂ ਖਾਂਦਾ ਜੇ ਅਸੀਂ ਜਿਆਦਾ ਤੋਂ ਜਿਆਦਾ ਤਾਜ਼ਾ ਤੇ ਕੁਦਰਤੀ ਖਾਣਾ ਖਾਣ ਲੱਗ ਜਾਈਏ ਤਾਂ ਹੋ ਸਕਦਾ ਹੈ ਸਾਡੇ ਇਸ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁ अच्छा स्पिरुलिना ਕੀ ਹੈ ਇਸਤੇ ਬਾਰੇ ਸਾਡੇ ਦਰਸ਼ਕ ਜਾਣਨਾ ਚਾਹਣਗੇ ਸਪਾਇਰੋਲਿਨਾ ਜੀ ਇੱਕ ਸਪਾਇਰੋਲਿਨਾ ਬਾਰੇ ਸਾਇੰਟਿਸਟ ਇਹ ਦੱਸਦੇ ਨੇ ਕਿ ਇਹ ਸ਼ਾਇਦ ਧਰਤੀ ਦੇ ਉੱਤੇ ਸਭ ਤੋਂ ਪਹਿਲਾ ਪੌਦਾ ਹੈ ਇੱਕ ਐਲਗੀ ਹੈ ਕਾਈ ਹੈ ਇਹ ਪਾਣੀ ਦੇ ਵਿੱਚ ਪੌਦਾ ਹੁੰਦਾ ਇਹ ਬਹੁਤ ਜ਼ਿਆਦਾ ਨਿਊਟ੍ਰੀਸ਼ਨਲ ਇਫੈਕਟ ਰੱਖਦਾ ਅੱਜ ਕੱਲ ਤੁਸੀਂ ਟੀਵੀ ਦੇ ਉੱਤੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਚੈਨਲ ਦੇ ਉੱਤੇ ਵੀ ਆਮੀਰ ਖਾਨ ਬਹੁਤ ਜ਼ਿਆਦਾ ਐਡਰਟਾਈਜ਼ਮੈਂਟ ਕਰ ਰਿਹਾ ਕਿ ਹਰ ਦੂਜਾ ਬੱਚਾ ਸਾਡਾ ਕੁਪੋਸ਼ਨ ਦਾ ਸ਼ਿਕਾਰ ਹੈ 11 ਜਨਵਰੀ 2012 ਨੂੰ ਪਾਰਲੀਮੈਂਟ 'ਚ ਇੱਕ ਰਿਪੋਰਟ ਪੇਸ਼ ਹੋਈ ਸੀ ਜਿਸ ਚੀਜ਼ ਦਾ ਇਸ ਚੀਜ਼ ਦਾ ਜ਼ਿਕਰ ਸੀ ਕੰਜੀਓ ਨੇ ਰਿਪੋਰਟ ਪੇਸ਼ ਕੀਤੀ ਸੀ 15 ਅਗਸਤ 2012 ਵਾਲੇ ਦਿਨ ਮਨਮੋਹਨ ਸਿੰਘ ਨੇ ਲਾਲ ਕਿਲੇ ਤੋਂ ਕਿਹਾ ਸੀ ਕਿ ਕੁਪੋਸ਼ਨ ਸਾਡੇ ਅੱਗੇ ਬਹੁਤ ਵੱਡਾ ਮੁੱਦਾ ਹੈ ਇਸ ਕੁਪੋਸ਼ਨ ਨੂੰ ਠੀਕ ਕਰਨ ਲਈ ਸਪਾਇਰੋਲਿਨਾ ਇੱਕ ਬਹੁਤ ਵਧੀਆ यूएनओ वाले इसको प्रमोट कर रहे है। है है दे दे है, दे दे हैं पट्टर साहब अपने को समय बहुत ਘਟ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਡੇ ਐਂਡ ਨਾਈਟ ਨਿਊਜ਼ ਵੱਲੋਂ ਇੱਕ ਵੀਡੀਓ ਅਪਲੋਡ ਕੀਤਾ ਗਿਆ YouTube ਤੇ ਉੱਤੇ ਜਿਸ ਦੇ ਵਿੱਚ ਅਸੀਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਡੇ ਐਂਡ ਨਾਈਟ ਨਿਊਜ਼ ਚੈਨਲ ਜਿਹੜਾ ਹੈ ਉਹ ਚੱਲ ਕਿਉਂ ਨਹੀਂ ਰਿਹਾ ਉਸ ਦੇ ਕੀ ਕਾਰਨ ਨੇ ਕਿਉਂ ਉਸ ਨੂੰ ਰੋਕਿਆ ਗਿਆ ਕਿਹੜੀਆਂ-ਕਿਹੜੀਆਂ ਏਜੰਸੀਆਂ ਉਹਦੇ ਲਈ ਜ਼ਿੰਮੇਵਾਰ ਨੇ ਉਹ ਜਿਹੜਾ ਤੁਹਾਨੂੰ ਵੀ ਦੇਖਣਾ ਚਾਹੀਦਾ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵਿਤਕਰੇ ਦਾ ਸ਼ਿਕਾਰ ਡੇ ਐਂਡ ਨਾਈਟ ਨਿਊਜ਼ ਚੈਨਲ ਇਸ ਦੇ ਬਾਰੇ ਸਾਨੂੰ ਈਮੇਲਸ ਰਾਹੀਂ ਸੁਨੇਹੇ ਆਏ ਨੇ ਬਹੁਤ ਸਾਰੇ ਨੇ ਉਸ YouTube ਤੇ ਜਿਹੜਾ ਵੀਡੀਓ ਅਪਲੋਡ ਕੀਤਾ ਹੈ ਉਸ ਤੇ ਆਪਣੀ ਰਾਏ ਦਿੱਤੀ ਹੈ ਕੇ ਸਿੰਘ ਨੇ ਲਿਖਿਆ ਜੀ ਇਹਨਾਂ ਨੇ ਕਾਫੀ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਕੀਤੀ ਹੈ ਸਮੇ ਦੀ ਸਰਕਾਰ ਬਾਰੇ ਜਾਂ ਹੋਰ ਜਿਹੜੀਆਂ ਵੀ ਇਸ ਦੇ ਲਈ ਜ਼ਿੰਮੇਵਾਰ ਤਾਕਤਾਂ ਨੇ ਫਲਾਈਂ ਖਾਲਸਾ ਨੇ ਵੀ ਆਪਣੇ ਵਿਚਾਰ ਦਿੱਤੇ ਨੇ ਬਹੁਤ ਹੀ ਮਤਲਬ ਐਗਰੈਸਿਵ ਇਹਨਾਂ ਨੇ ਕਿਹਾ ਇਸ ਦੇ ਨਾਲ ਹੀ ਬਹੁਤ ਸਾਰੇ ਲੈਟ ਮੀ ਲਾਈਕ ਤੇ ਇੱਕ ਰਸ਼ੀਅਨ ਹੈਗੇ ਨੇ ਸਾਡੇ ਇੱਥੇ ਵਿਊਰ ਡੇ ਐਂਡ ਨਾਈਟ న్యూਸ ਦੇ ਰੈਡੋਸ ਲਾਬ ਬੈਨਿਟੋ ਇਹਨਾਂ ਨੇ ਸੰਤੂ ਸਾਹਿਬ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਪੂਰੀ ਤਰ੍ਹਾਂ ਤੇ ਕੋਈ ਚਿੰਤਾ ਨਾ ਕਰੋ ਐਸੀ ਤਰ੍ਹਾਂ ਤੁਸੀਂ ਲੱਗੇ ਰਹੋ ਅਸੀਂ ਪੂਰੀ ਤਰ੍ਹਾਂ ਥੰਮ ਬਣ ਕੇ ਤੁਹਾਡੇ ਨਾਲ ਖੜੇ ਹਾਂ ਤੁਸੀਂ ਆਪਣੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਜਾਰੀ ਰੱਖੋ ਐਸੀ ਤਰ੍ਹਾਂ ਅ ਰਵਿੰਦਰ ਤੂਰ ਨੇ ਲਿਖਿਆ ਡੋਨਟ ਵਰੀ ਸਰ ਵੀ ਆਰ ਵਾਚਿੰਗ ਯੂਅਰ ਚੈਨਲ ਔਨ ਯੂਟਿਊਬ ਉਹ ਕਹਿੰਦੇ ਅਸੀਂ ਯੂਟਿਊਬ ਦੇ ਉੱਤੇ ਦੇਖ ਰਹੇ ਹਾਂ ਤੁਹਾਡਾ ਚੈਨਲ ਜਿਹੜਾ ਹੈਗਾ ਇਸ ਦੇ ਨਾਲ ਹੀ ਐਂਟੀਮਿਡੇਟਰ 001 ਨੇ ਲਿਖਿਆ ਉਹ ਕਹਿੰਦੇ ਵੀ ਜੇ ਬਲੌਕਰ ਨੇ ਤਾਂ ਬਾਇਸ ਚੈਨਲ ਨੂੰ ਬਲੌਕ ਕਰੋ ਬੰਦ ਕਰੋ ਡੇ ਐਂਡ ਨਾਈਟ ਨਿਊਜ਼ ਚੈਨਲ ਬਹੁਤ ਵਧੀਆ ਚੈਨਲ ਹੈ ਅ ਇਸ ਨੂੰ ਅਸੀਂ ਸਾਰੇ ਦੇਖਦੇ ਆਂ ਹੋਰ ਹੀ ਇੱਕ ਸਾਰੇ ਜਿਹੜੇ ਮਤਲਬ ਲੋਕਾਂ ਨੇ ਲਿਖਿਆ ਕਿ ਪਲੀਜ਼ ਸ਼ੇਅਰ ਥਿਸ ਵੀਡੀਓ ਔਨ ਫੇਸਬੁੱਕ ਬਹੁਤ ਵਧੀਆ ਨੇ ਇੱਕ 18 ਵਰਗ ਤੋਂ ਸਕਾਟਲੈਂਡ ਤੋਂ ਸਾਡੇ ਵੀਵਰ ਨੇ ਨੀਲ ਕੁਮਾਰ ਸ਼ਰਮਾ ਉਹਨਾਂ ਨੇ ਕਾਫੀ ਤਾਰੀਫ ਕੀਤੀ ਹੈ ਸਾਡੇ ਪ੍ਰੋਗਰਾਮਾਂ ਦੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਵੀ ਕਿਹਾ ਕਿ ਸੰਤੂ ਸਾਹਿਬ ਦੀ ਤਾਰੀਫ ਕੀਤੀ ਹੈ ਕਿ ਤੁਸੀਂ ਐਸੀ ਤਰ੍ਹਾਂ ਲੱਗੇ ਰਹੋ ਨੰਗੇ ਤੜ ਜਿਹੜੀ ਬਾਜ਼ੀ ਤੁਸੀਂ ਲਾਈ ਹੋਈ ਹੈ ਉਸ ਤੇ ਨਾਲ ਹੈਗੇ ਆਂ ਅਸੀਂ ਤੁਹਾਡੇ ਨਾਲ ਪੂਰਾ ਡਟ ਕੇ ਖੜੇ ਆ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਤੁਸੀਂ ਐਸੀ ਤਰ੍ਹਾਂ ਬਣੇ ਰਹੋ ਅਸੀਂ ਪਠਲ ਸਾਹਿਬ ਤੁਸੀਂ ਸਟੂਡੀਓ ਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਆਏ ਤੇ ਮਨੁੱਖੀ ਸਰੀਰ ਅਤੇ ਮਨੁੱਖੀ ਸਿਹਤ ਬਾਰੇ ਸਾਡੇ ਨਾਲ ਗੱਲਾਂ ਕੀਤੀਆਂ ਇਸ ਦੇ ਨਾਲ ਹੀ ਸਾਡਾ ਅੱਜ ਦਾ ਬ੍ਰੇਕਫਾਸਟ ਸ਼ੋਅ ਇੱਥੇ ਖਤਮ ਹੁੰਦਾ ਹੈ ਤੁਸੀਂ ਆਪਣੇ ਵਿਚਾਰ ਦੇਣਾ ਨੂੰ ਭੁੱਲਣਾ ਸਾਨੂੰ editor@nightnews.com ਤੇ ਫਿਲਹਾਲ ਸਾਡਾ ਸ਼ੋਅ ਇੱਥੇ ਖਤਮ ਹੁੰਦਾ ਹੈ ਅਜਾ ਕੱਲ ਫੇਰ ਮਿਲਾਂਗੇ ਸਵੇਰੇ ਉਦੋਂ ਤੱਕ ਲਈ ਬਣੇ ਰਹੋ ਐਸੀ ਤਰ੍ਹਾਂ ਸਾਡੇ ਨਾਲ ਧੰਨਵਾਦ ਖਬਰوں ਦੀ ਦੁਨੀਆ ਵਿੱਚ ਆਈਏ ਸਾਡੇ ਨਾਲ ਕਹੀਂ ਵੀ ਔਰ ਕਦੇ ਵੀ ਜੁੜਿਏ हम मिलेंगे फेसबुक पर हम दिखेंगे यूट्यूब पर हमें फॉलो कीजिए ट्विटर पर खबरों के साथ बने रहिए रात दिन